ਇਸਕੋ ਪ੍ਰੋਗਰਾਮ ਅੱਜ ਦੇ ਮਸਲੇ 'ਚ ਤੁਹਾਡਾ ਬਹੁਤ ਬਹੁਤ ਸਵਾਗਤ। ਇਸ ਪ੍ਰੋਗਰਾਮ 'ਚ ਅਸੀਂ ਕਿਸੇ ਨਾ ਕਿਸੇ ਮਸਲੇ 'ਤੇ ਚਰਚਾ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਪਰ ਦਰਸ਼ਕੋ, ਇੱਕ ਮਸਲਾ ਹੈ ਜਿਸ ਬਾਰੇ ਕਦੀ ਗੱਲ ਨਹੀਂ ਹੁੰਦੀ, ਕਦੀ ਚਰਚਾ ਨਹੀਂ ਹੁੰਦੀ। ਕਿਸੇ ਮੰਚ 'ਤੇ ਹੀ ਅਸੀਂ ਗੱਲ ਕਰਨ ਤੋਂ ਗੁਰੇਜ਼ ਕਰਦੇ ਹਾਂ, ਪਰ ਮਸਲਾ ਬੜਾ ਗੰਭੀਰ ਅਤੇ ਸੰਵੇਦਨਸ਼ੀਲ ਹੈ। ਇਹ ਮਸਲਾ ਉਸ ਵਰਗ ਦੇ ਨਾਲ ਸੰਬੰਧਿਤ ਹੈ ਜੋ ਕਿ ਨਾ ਪੁਰਸ਼ ਵਰਗ ਹੈ ਨਾ ਇਸਤਰੀ ਵਰਗ ਹੈ, ਯਾਨੀ ਕਿ ਇੱਕ ਤੀਜਾ ਵਰਗ ਹੈ ਜਿਸਨੂੰ ਅਸੀਂ ਟਰਾਂਸਜੈਂਡਰ ਕਹਿੰਦੇ ਹਾਂ ਜਾਂ ਤੀਜਾ ਜੈਂਡਰ ਕਹਿ ਸਕਦੇ ਹਾਂ। ਇਹ ਮਸਲਾ ਉਹਨਾਂ ਬਾਰੇ ਹੈ ਕਿ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੈ, ਉਹਨਾਂ ਦਾ ਇਕੱਲਾਪਨ, ਦਰਦ, ਉਹਨਾਂ ਦੀ ਤਨਹਾਈ, ਉਹਨਾਂ ਦੀ ਆਰਥਿਕ, ਸਮਾਜਿਕ, ਪਰਿਵਾਰਿਕ ਜਾਂ ਸਮਾਜਿਕ ਸਮੱਸਿਆਵਾਂ ਬਾਰੇ ਕੀ ਕੋਈ ਸੋਚਦਾ ਹੈ। ਕੀ ਇਹ ਥਰਡ ਜੈਂਡਰ ਜਾਂ ਟਰਾਂਸਜੈਂਡਰ ਵਰਗ ਬਾਰੇ ਵੀ ਕਦੀ ਕਿਸੇ ਮੰਚ 'ਤੇ, ਪਾਰਲੀਮੈਂਟ 'ਤੇ, ਵਿਧਾਨ ਸਭਾ ਜਾਂ ਸਾਡੇ ਆਪਣੇ ਸਮਾਜਿਕ ਮੰਚਾਂ 'ਤੇ ਕੋਈ ਚਰਚਾ ਹੁੰਦੀ ਹੈ? ਕੌਣ ਸੁਣਦਾ ਹੈ ਉਹਨਾਂ ਬਾਰੇ? ਕੌਣ ਸਮਝਦਾ ਉਹਨਾਂ ਦੇ ਦਰਦ ਨੂੰ? ਇਸ ਬਾਰੇ ਅਸੀਂ ਗੱਲਬਾਤ ਕਰਨੀ ਹੈ ਕਿ ਇਹ ਤੀਸਰਾ ਵਰਗ ਕੌਣ ਹੈ, ਟਰਾਂਸਜੈਂਡਰ ਨੂੰ ਅਸੀਂ ਕਿਵੇਂ ਪ੍ਰਭਾਸ਼ਿਤ ਕਰ ਸਕਦੇ ਹਾਂ, ਔਰ ਥਰਡ ਜੈਂਡਰ ਦੀਆਂ ਸਮੱਸਿਆਵਾਂ ਕੀ ਹਨ, ਉਹਨਾਂ ਦੀਆਂ ਮੁਸ਼ਕਲਾਂ ਕੀ ਹਨ, ਉਹਨਾਂ ਦਾ ਦਰਦ ਕੀ ਹੈ, ਕਿ ਸਮਾਜ ਉਸ ਬਾਰੇ ਜਾਣਦਾ ਹੈ ਜਾਂ ਚਿੰਤਿਤ ਕਰਦਾ ਹੈ, ਕਿ ਉਸ ਬਾਰੇ ਕਦੀ ਕੋਈ ਸੰਬੰਧਿਤ ਮਹਿਸੂਸ ਕਰਦਾ ਹੈ, ਔਰ ਉਹਨਾਂ ਦੇ ਰਸਤੇ 'ਚ ਅੜਚਣਾ ਕੀ ਆਉਂਦੀਆਂ ਨੇ, ਮੁਸ਼ਕਲਾਂ ਕੀ ਆਉਂਦੀਆਂ ਨੇ, ਕਾਨੂੰਨ ਕੀ ਕਹਿੰਦਾ ਹੈ, ਅਤੇ ਕੀ ਸਮਾਜ 'ਤੇ, ਦੇਸ਼ 'ਤੇ, ਸਰਕਾਰ ਨੂੰ ਕਰਨ ਦੀ ਲੋੜ ਹੈ। ਦਰਸ਼ਕੋ, ਇਹ ਬੜਾ ਇੱਕ ਮਹੱਤਵਪੂਰਨ ਵਿਸ਼ਾ ਹੈ। ਇਸ ਬਾਰੇ ਗੱਲਬਾਤ ਕਰਨ ਲਈ ਬੇਸ਼ੱਕ ਸਾਡੇ ਕੋਲ ਮਾਹਿਰ ਨੇ, ਐਡਵੋਕੇਟ ਸੰਦੀਪ ਸ਼ਰਮਾ ਜੀ ਨੂੰ ਅਸੀਂ ਸੱਦਾ ਦਿੱਤਾ ਹੈ, ਜਿਹੜੇ ਕਿ ਕਾਨੂੰਨੀ ਪੱਖ ਦੱਸਣਗੇ। ਨਾਲ ਹੀ ਦੀਪਕ ਰਾਣਾ ਜੀ ਹੈ ਜਿਹੜੇ ਸਮਾਜ ਸੇਵੀ ਹੈ ਔਰ ਸ਼ਾਨ ਫਾਊਂਡੇਸ਼ਨ ਦੇ ਸਕੱਤਰ ਵੀ ਨੇ। ਦਰਸ਼ਕੋ, ਵੱਡੀ ਗੱਲ ਤਾਂ ਹੈ ਕਿ ਇਸ ਪ੍ਰੋਗਰਾਮ 'ਚ ਮਹੰਤ ਮੋਹਿਨੀ, ਜਿਹੜੇ ਕਿ ਥਰਡ ਜੈਂਡਰ ਜਾਂ ਟਰਾਂਸਜੈਂਡਰ ਦੇ ਮਹੰਤ ਹਨ, ਉਹਨਾਂ ਨੂੰ ਵੀ ਸੱਦਾ ਦਿੱਤਾ ਹੈ। ਲੇਕਿਨ ਮੌਸਮ ਦੀ ਕੁਛ ਬੇਈਮਾਨੀ ਕਰਕੇ ਉਹ ਰਸਤੇ 'ਚ, ਟ੍ਰੈਫਿਕ 'ਚ ਥੋੜ੍ਹਾ ਫਸ ਗਏ ਨੇ। ਉਮੀਦ ਹੈ ਕਿ ਪ੍ਰੋਗਰਾਮ 'ਚ ਆਉਣਗੇ ਜ਼ਰੂਰ, ਨਹੀਂ ਤਾਂ ਫੋਨ ਦੇ ਨਾਲ ਉਹਨਾਂ ਦਾ ਰਾਬਤਾ ਅਸੀਂ ਜ਼ਰੂਰ ਕਰਾਵਾਂਗੇ। ਦਰਸ਼ਕੋ, ਇਹ ਲਾਈਵ ਪ੍ਰੋਗਰਾਮ ਹੈ, ਤੁਸੀਂ ਵੀ ਫੋਨ ਰਾਹੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ, ਸਵਾਲ ਪੁੱਛ ਸਕਦੇ ਹੋ, ਗੱਲਬਾਤ ਜੋੜ ਸਕਦੇ ਹੋ। ਵਿਸ਼ਾ ਹੈ ਟਰਾਂਸਜੈਂਡਰ ਜਾਂ ਥਰਡ ਜੈਂਡਰ ਅਤੇ ਸਮਾਜਿਕ ਸਮਾਨਤਾ। ਸਭ ਤੋਂ ਪਹਿਲੇ ਅਸੀਂ ਦੀਪਕ ਰਾਣਾ ਜੀ ਨੂੰ ਪੁੱਛਦੇ ਹਾਂ, ਜਿਨ੍ਹਾਂ ਨੇ ਕਿ ਇਸ ਖੇਤਰ 'ਚ ਬਹੁਤ ਕੰਮ ਕੀਤਾ ਹੈ। ਸ਼ਾਨ ਫਾਊਂਡੇਸ਼ਨ ਦੇ ਸਕੱਤਰ ਨੇ, ਸਮਾਜ ਸੇਵੀ ਨੇ, ਵੱਖ ਵੱਖ ਜਥੇਬੰਦੀਆਂ ਨਾਲ ਕੰਮ ਕਰਦੇ ਰਹਿੰਦੇ ਨੇ। ਦੀਪਕ ਜੀ, ਇਹ ਜਿਹੜਾ ਵਿਸ਼ਾ ਹੈ ਅੱਜ ਅਸੀਂ ਚੁਣਿਆ, ਉਸ ਵਿਸ਼ੇ ਨੂੰ ਲੈ ਕੇ ਅਸੀਂ ਸੋਚੀਏ ਤਾਂ ਟਰਾਂਸਜੈਂਡਰ ਦਾ ਥਰਡ ਜਨਰੇਸ਼ਨ ਜਿਹੜੀ ਹੈ, ਉਸਨੂੰ ਅਸੀਂ ਕਿਵੇਂ ਪ੍ਰਭਾਸ਼ਿਤ ਕਰਦੇ ਹਾਂ, ਕਿਵੇਂ ਅਸੀਂ ਉਸ ਨੂੰ ਲੋਕਾਂ ਦੀ ਪਛਾਣ ਕਰਾ ਸਕਦੇ ਹਾਂ? ਲੋਕਾਂ ਦੀ ਪਛਾਣ ਦੀ ਜੇ ਗੱਲ ਕਰੀਏ ਤਾਂ ਥਰਡ ਜੈਂਡਰ 2014 ਦੇ ਵਿੱਚ ਗੌਰਮੈਂਟ ਆਫ ਇੰਡੀਆ ਨੇ ਕੁਛ ਅਜਿਹੇ ਲੋਕਾਂ ਨੂੰ ਜਿਹੜੇ ਕਿ ਨਾ ਆਪਣੇ ਆਪ ਨੂੰ ਮਨੁੱਖ ਜਾਂ ਨਾ ਆਪਣੇ ਆਪ ਨੂੰ ਪੁਰਖ ਅਤੇ ਨਾ ਇਸਤਰੀ ਦੀ ਕੈਟਾਗਰੀ 'ਚ ਰੱਖਦੇ ਸੀ, ਉਹਨਾਂ ਨੂੰ ਇੱਕ ਟੀ ਕਰਕੇ, ਯਾਨੀ ਥਰਡ ਜੈਂਡਰ ਕਰਕੇ ਇੱਕ ਟਰਮ ਦਿੱਤੀ ਹੈ, ਜਾਂ ਇੱਕ ਮੇਲ ਇੱਕ ਫੀਮੇਲ, MFOT। ਦਰਸ਼ਕੋ, ਅਸੀਂ ਭੁੱਲ ਗਏ ਤੁਹਾਨੂੰ ਯਾਦ ਦਿਲਾਉਣਾ ਕਿ ਸਾਡੇ ਨੰਬਰ ਨੋਟ ਕਰ ਲਓ। ਨੰਬਰ ਹਨ 0181 281 4261 ਅਤੇ 281 42 64। ਥਰਡ ਜੈਂਡਰ ਜਾਂ ਟਰਾਂਸਜੈਂਡਰ ਅਤੇ ਸਮਾਜਿਕ ਸਮਾਨਤਾ, ਇਸ ਵਿਸ਼ੇ 'ਤੇ ਤੁਸੀਂ ਸਾਡੇ ਨਾਲ ਰਾਬਤਾ ਸਥਾਪਿਤ ਕਰੋ, ਅਸੀਂ ਸਵਾਗਤ ਕਰਾਂਗੇ। ਜੀ ਦੀਪਕ ਜੀ, ਤਾਂ ਥਰਡ ਜੈਂਡਰ ਜਿਹੜਾ ਸੀ, ਥਰਡ ਜੈਂਡਰ ਨੂੰ ਇਹਨਾਂ ਨੇ ਪ੍ਰਭਾਸ਼ਿਤ ਕੀਤਾ ਪੰਜਾਬ ਭਾਰਤ ਗੌਰਮੈਂਟ ਨੇ ਜੀ, ਇਹ ਟਰਾਂਸਜੈਂਡਰ ਕਰਕੇ। ਥਰਡ ਜੈਂਡਰ ਨੂੰ ਜੇ ਦਿੱਤਾ ਜਾਵੇ ਕਿ ਥਰਡ ਜੈਂਡਰ ਟਰਮ ਇੱਕ ਬਹੁਤ ਵਾਈਡ ਟਰਮ ਹੈ ਜੀ, ਬਹੁਤ ਹੀ ਫੈਲੀ ਹੋਈ ਟਰਮ ਹੈ ਕਿ ਜਿਹੜਾ ਵੀ ਵਿਅਕਤੀ ਆਪਣੀ ਲਿੰਗ ਤੋਂ ਵਿਪਰੀਤ ਵਿਹਾਰ ਕਰਦਾ ਹੈ ਜੀ, ਉਹਨੂੰ ਆਪਾਂ ਥਰਡ ਜੈਂਡਰ ਪ੍ਰਭਾਸ਼ਿਤ ਕਰਦੇ ਹਾਂ। ਜਿਸ ਤਰ੍ਹਾਂ ਕੋਈ ਆਦਮੀ ਹੈ ਉਹ ਔਰਤ ਦੀ ਤਰ੍ਹਾਂ ਵਿਵਹਾਰ ਕਰੇ, ਜੋ ਔਰਤ ਹੈ ਉਹ ਮਰਦ ਦੀ ਤਰ੍ਹਾਂ ਵਿਵਹਾਰ ਕਰੇ, ਅਸੀਂ ਉਹਨੂੰ ਥਰਡ ਜੈਂਡਰ ਦੀ ਕੈਟਾਗਰੀ ਦੇ ਵਿੱਚ ਲਿਆਉਂਦੇ ਹਾਂ। ਕਾਨੂੰਨ ਮਤਲਬ ਜਿੱਦਾਂ ਮੇਲ ਐਮ ਹੈ, ਐਫ ਹੈ, ਅਤੇ ਇੱਕ ਹੁਣ ਟੀ ਜਿਹੜਾ ਹੈ, ਕਾਨੂੰਨ ਦੇ ਦੁਆਰਾ 2014 'ਚ ਉਹਨਾਂ ਨੇ ਕੈਟਾਗਰਾਈਜ਼ ਕਰ ਦਿੱਤਾ ਹੈ। ਵਕੀਲ ਸਾਹਿਬ, ਕਾਨੂੰਨ ਇਸ ਬਾਰੇ ਕੀ ਕਹਿੰਦਾ, ਇਹਨਾਂ ਦੇ ਅਧਿਕਾਰਾਂ ਬਾਰੇ, ਇਹਨਾਂ ਦੀ ਸਥਿਤੀ ਬਾਰੇ, ਸਮਾਜ 'ਚ ਜਿਹੜੀ ਇਹਨਾਂ ਦਾ ਅਸਤਿਤਵ ਜਾਂ ਹੋਂਦ ਆ, ਉਸ ਬਾਰੇ ਕੀ ਕਹਿੰਦਾ? ਜਿੱਥੇ ਤੱਕ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ ਜੀ, ਕਾਨੂੰਨ ਇਹਦਾ ਸ਼ੁਰੂ ਤੋਂ ਹੀ ਜਦੋਂ ਸਾਡਾ ਇੰਡੀਅਨ ਕੌਨਸਟੀਟਿਊਸ਼ਨ ਬਣਿਆ, ਉਹਦੇ ਵਿੱਚ ਜਿਹੜੀ ਟਰਮ ਯੂਜ਼ ਕੀਤੀ ਗਈ ਆ, ਉਹ ਟਰਮ ਯੂਜ਼ ਕੀਤੀ ਗਈ ਆ ਐਨੀ ਪਰਸਨ ਜੀ। ਐਨੀ ਪਰਸਨ ਮੀਨਸ ਐਨੀ ਸਿਟੀਜ਼ਨ, ਕੋਈ ਵੀ ਐਨੀ ਸਿਟੀਜ਼ਨ ਆਫ ਇੰਡੀਆ ਜੀ, ਉਹਨੂੰ ਇਕੁਅਲ ਰਾਈਟ ਆ, ਮੇਲ, ਫੀਮੇਲ ਜਾਂ ਕੋਈ ਟਰਾਂਸਜੈਂਡਰ ਜਾਂ ਟੀ, ਜਿੱਦਾਂ ਆਪਾਂ ਕਹਿਤਾ ਟੀ ਹੈਗਾ, ਅਤੇ ਉਹਨੂੰ ਸੇਮ ਰਾਈਟਸ ਹੈਗੇ ਆ, ਰਾਈਟ ਟੂ ਇਕੁਐਲਿਟੀ ਸੇਮ ਹੈਗਾ, ਰਾਈਟ ਟੂ ਲਿਬਰਟੀ ਆ, ਰਾਈਟ ਟੂ ਮੂਵ ਇਨ ਐਨੀ ਵੇਅਰ ਇਨ ਇੰਡੀਆ, ਰਾਈਟ ਟੂ ਸਪੀਚ,
ਐਂਡ ਨਵਾਂ ਜਿਹੜਾ ਜੋੜਿਆ ਹੈਗਾ ਸੈਕਸ਼ਨ ਜਿਹੜਾ ਆਰਟੀਕਲ 21A ਰਾਈਟ ਟੂ ਐਜੂਕੇਸ਼ਨ, ਐਜੂਕੇਸ਼ਨ ਦਾ ਵੀ ਓਨਾ ਹੀ ਅਧਿਕਾਰ ਹੈਗਾ ਇਹਨਾਂ ਨੂੰ ਜਿੰਨਾ ਅਧਿਕਾਰ ਬਾਕੀ ਮੇਲ ਜਾਂ ਫੀਮੇਲ ਨੂੰ ਹੈਗਾ। ਜਿਹੜਾ ਕਾਨੂੰਨ ਹੈਗਾ, ਕਾਨੂੰਨ ਹਰੇਕ ਨੂੰ ਬਰਾਬਰ ਦੀ ਨਿਗਾਹ ਨਾਲ ਦੇਖਦਾ, ਚਾਹੇ ਟਰਾਂਸਜੈਂਡਰ ਆ ਕੋਈ, ਚਾਹੇ ਕੋਈ ਮੇਲ ਆ, ਚਾਹੇ ਫੀਮੇਲ ਆ, ਕਾਨੂੰਨ ਦੀ ਨਿਗਾਹ ਦੇ ਵਿੱਚ ਬਿਲਕੁਲ ਸੇਮ ਹੈਗੇ ਹੈ। ਦਰਸ਼ਕੋ, ਕਾਨੂੰਨ ਤਾਂ ਸਾਡੇ ਦੇਸ਼ 'ਚ ਕਹਿੰਦਾ ਹੈ ਕਿ ਸਾਰੇ ਲੋਕ ਸਮਾਨ ਹੈ, ਪਰ ਕਹਿੰਦੇ ਨੇ ਕਿ ਰੱਬ ਦੀਆਂ ਨਜ਼ਰਾਂ ਸਾਰੇ ਲੋਕ ਸਮਾਨ ਹੈ, ਪਰ ਰੱਬ ਦੇ ਬੰਦੇ ਦੀਆਂ ਨਜ਼ਰਾਂ ਸਾਰੇ ਲੋਕ ਬਰਾਬਰ ਨਹੀਂ ਹੈ। ਟਰਾਂਸਜੈਂਡਰ ਜਾਂ ਥਰਡ ਜੈਂਡਰ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਇਹ ਉਹ ਲੋਕ ਨੇ ਜੇ ਰੇਲਵੇ ਸਟੇਸ਼ਨ 'ਚ ਅਸੀਂ ਦੇਖੀਏ, ਅਸੀਂ ਹੋਰ ਤਰ੍ਹਾਂ ਵਿਵਹਾਰ ਕਰਦੇ ਹਾਂ, ਬੱਸ ਸਟੈਂਡ, ਸਿੱਖਿਅਤ ਸੰਸਥਾਵਾਂ, ਸਿਹਤ ਸੰਸਥਾਵਾਂ ਵਿੱਚ ਜਾਂ ਪਬਲਿਕ 'ਚ ਜਦੋਂ ਮਿਲਦੇ ਹਾਂ, ਅਸੀਂ ਕਈ ਵਾਰੀ ਹੱਸ ਹੀ ਪੈਂਦੇ ਹਾਂ। ਉਹਨਾਂ ਦਾ ਦਰਦ, ਉਹਨਾਂ ਦੀ ਤਸਵੀਰ ਜਾਂ ਉਹਨਾਂ ਦੇ ਅੰਦਰ ਜਿਹੜੀ ਘੁਟਣਾ, ਉਹਦੇ ਬਾਰੇ ਕੌਣ ਜਾਣ ਸਕਦਾ ਹੈ? ਇਹ ਦੀਪਕ ਜੀ, ਤੁਸੀਂ ਕੀ ਮਤਲਬ ਕਹੋਗੇ, ਕਿਉਂਕਿ ਤੁਸੀਂ ਤਾਂ ਉਹਨਾਂ ਲੋਕਾਂ ਦੇ ਵਿੱਚ ਕਾਫੀ ਅਨੁਭਵ ਰੱਖਦੇ ਹੋ, ਵਿਛੜਦੇ ਹੋ, ਕੀ ਉਹਨਾਂ ਦੀ ਤਨਹਾਈ, ਉਹਨਾਂ ਦਾ ਦਰਦ ਜਾਂ ਸਮਾਜ 'ਚ ਜੋ ਉਹਨਾਂ ਦੀ ਤਸਵੀਰ ਬਾਰੇ ਲੋਕ ਸੋਚਦੇ ਨੇ, ਕਿਸ ਤਰ੍ਹਾਂ ਦੀ ਫੀਲਿੰਗ ਹੁੰਦੀ? ਸਭ ਤੋਂ ਪਹਿਲਾਂ ਤਾਂ ਜੇ ਉਹਨਾਂ ਦੀ ਫੀਲਿੰਗ ਬਾਰੇ ਗੱਲ ਕਰਾਂ, ਤਾਂ ਜਿੰਨੇ ਵੀ ਟਰਾਂਸਜੈਂਡਰਸ ਹੋਣਗੇ, ਜਿੰਨੇ ਵੀ ਥਰਡ ਜੈਂਡਰ ਹੋਣਗੇ, ਸਭ ਦੀ ਕਹਾਣੀ ਇੱਕੋ ਹੀ ਹੈ ਜੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪਰਿਵਾਰ ਵੱਲੋਂ ਦਰਕਾਰਿਆ ਗਿਆ, ਕਿਉਂਕਿ ਉਹ ਪਰਿਵਾਰ ਨੇ ਉਹਨਾਂ ਨੂੰ ਅਪਣਾਇਆ ਨਹੀਂ ਜੀ। ਉਸ ਤੋਂ ਬਾਅਦ ਜੇ ਆਪਣੇ ਰੁਜ਼ਗਾਰ ਲਈ, ਕਿੱਤੇ ਲਈ ਕਿੱਧਰ ਕਿੱਧਰ ਕੋਈ ਕੰਮ ਕੀਤਾ ਉਹਨਾਂ ਨੇ, ਤਾਂ ਵੀ ਉਹਨਾਂ ਨੂੰ ਅਪਣਾਇਆ ਨਹੀਂ ਗਿਆ। ਜੇ ਕਿੱਤੇ ਵੱਲੋਂ ਨਹੀਂ ਅਪਣਾਇਆ ਗਿਆ, ਕਿੱਤੇ ਵੱਲੋਂ ਫਿਰ ਉਹਨਾਂ ਨੇ ਜਬਰਨ ਕੋਈ ਹੋਰ ਰਸਤੇ ਲੱਭੇ ਜੀ, ਜਿਹੜਾ ਤੋਂ, ਕਿਉਂਕਿ ਮਸਲਾ ਤਾਂ ਢਿੱਡ ਦਾ ਆ ਜੀ, ਢਿੱਡ ਭਰਨ ਲਈ ਉਹਨਾਂ ਨੇ ਹੋਰ ਰਸਤੇ ਲੱਭੇ, ਫਿਰ ਵੀ ਸਮਾਜ ਨੇ ਉਹਨੂੰ ਅਪਣਾਇਆ ਨਹੀਂ। ਅਸੈਪਟੈਂਸ ਕਿਤੇ ਨਾ ਕਿਤੇ ਹੱਦ ਤੱਕ ਹੈ ਹੀ ਨਹੀਂ ਹੈ ਟਰਾਂਸਜੈਂਡਰ ਜੀ। ਉਹਨਾਂ ਦਾ ਕਸੂਰ ਤਾਂ ਕੋਈ ਨਹੀਂ, ਉਹਨਾਂ ਦਾ ਕਸੂਰ ਕੋਈ, ਪਰਮਾਤਮਾ ਨੇ ਉਹਨਾਂ ਨੂੰ ਬਰਾਬਰ ਪੈਦਾ ਕੀਤਾ ਹੈ, ਬਰਾਬਰ ਪੈਦਾ, ਔਰ ਉਹ ਜੀਵ ਸੰਵਿਧਾਨ ਦੇ ਮੁਤਾਬਕ ਪੁਰਾਣੇ ਪੂਰੇ ਅਧਿਕਾਰ ਰੱਖਦਾ ਹੈ। ਕਿਉਂ ਸਮਾਜ ਜਿਹੜਾ ਉਹਨਾਂ ਦੇ ਨਾਲ ਵਿਵਹਾਰ ਜਾਂ ਸਮਾਜ ਦਾ ਉਹਨਾਂ ਪ੍ਰਤੀ ਨਜ਼ਰੀਆ ਜਿਹੜਾ ਹੈ ਉਹ ਇੰਨਾ ਸੁਖਾਵਾਂ ਨਹੀਂ ਹੁੰਦਾ? ਅਸੀਂ ਨਜ਼ਰੀਏ ਦੀ ਗੱਲ ਕਰਾਂ ਤਾਂ ਨਜ਼ਰੀਆ ਬਦਲਣ ਦੀ ਕਾਫੀ ਕੋਸ਼ਿਸ਼ ਵੀ ਕਰ ਰਹੀ, ਸ਼ਾਨ ਫਾਊਂਡੇਸ਼ਨ ਸੰਸਥਾ ਸਾਡੀ ਵੀ ਕਾਫੀ ਕੋਸ਼ਿਸ਼ ਕਰ ਰਹੀ, ਕਿਉਂਕਿ ਜੇ ਆਪਾਂ ਉਹਨਾਂ ਦੀ ਸਕਿੱਲ ਡਿਵੈਲਪਮੈਂਟ 'ਤੇ ਵੀ ਮੈਂ ਕੰਮ ਕੀਤਾ ਕਿ ਉਹਨਾਂ ਦੀ ਸਕਿੱਲ ਡਿਵੈਲਪ ਕਰਵਾਈ ਜਾਵੇ, ਪਰ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਹੱਦ 'ਤੇ ਜਾ ਕੇ ਇੱਕ ਵਿਤਕਰਾ ਜਿਹੜਾ ਆ ਉਹ ਸਮਾਜ ਵੱਲੋਂ ਹਲੇ ਵੀ ਆ ਕਿ ਉਹਨਾਂ ਨੂੰ ਅਪਣਾਇਆ ਨਹੀਂ ਜਾਂਦਾ। ਕਿਉਂਕਿ ਜੇ ਮੰਨ ਲਓ ਕਿ ਇੱਕ ਮੈਂ ਅਸੀਂ ਇੱਕ ਬਿਊਟੀ ਅਕੈਡਮੀ ਦੇ ਵਿੱਚ ਇੱਕ ਬਿਊਟੀਸ਼ੀਅਨ ਦਾ ਬੱਚਾ ਕੋਰਸ ਕਰ ਰਿਹਾ, ਪਰ ਉਹ ਬਿਊਟੀਸ਼ੀਅਨ ਬਣ ਤਾਂ ਗਿਆ, ਪਰ ਉਹਨੂੰ ਬਿਊਟੀਸ਼ੀਅਨ ਉਹਦੇ ਕੋਲੋਂ ਮੇਕਅਪ ਕੌਣ ਕਰਾਉਣ ਆਏਗਾ ਉਹਦੇ ਕੋਲ, ਕਿਉਂਕਿ ਸਮਾਜ ਦੇ ਵਿੱਚ ਸਮਾਜ ਦੀ ਸੋਚ ਬਣ ਚੁੱਕੀ ਕਿ ਉਹ ਟਰਾਂਸਜੈਂਡਰ ਆ, ਉਹ ਸਿਰਫ ਤੇ ਸਿਰਫ ਇੱਕੋ ਕੰਮ ਕਰ ਸਕਦਾ, ਜਾਂ ਤਾਂ ਉਹ ਭੀਖ ਮੰਗ ਸਕਦਾ, ਜਾਂ ਤਾਂ ਉਹ ਟੋਲੀ ਵਧਾਈ ਕਰ ਸਕਦਾ, ਨੱਚ ਗਾਣਾ ਕਰ ਸਕਦਾ। ਮਤਲਬ ਸਮਾਜ ਨੇ ਦੂਜਾ ਕੋਈ ਉਹਦੇ ਵਾਸਤੇ ਪੇਸ਼ਾ ਰੱਖਿਆ ਹੀ ਨਹੀਂ। ਜਿੱਦਾਂ ਤੁਸੀਂ ਸਕਿੱਲ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਕੋਈ ਹੱਥੀਂ ਕੰਮ ਕੀਤਾ ਜਾ ਸਕਦਾ? ਅੱਜ ਕੱਲ੍ਹ ਤਾਂ ਵਰਕ ਐਟ ਹੋਮ ਲੋਕ ਬਹੁਤ ਕਰਦੇ ਆ, ਸਾਹਮਣੇ ਆਉਣ ਦੀ ਲੋੜ ਵੀ ਨਹੀਂ ਹੁੰਦੀ, ਕਹਿੰਦਾ ਮਤਲਬ ਆਨਲਾਈਨ ਬਹੁਤ ਕੁਝ ਕੀਤਾ ਜਾ ਸਕਦਾ, ਸਮਾਂ ਬਹੁਤ ਬਦਲ ਰਿਹਾ ਹੈ, ਕੀ ਇਹਨਾਂ ਚੀਜ਼ਾਂ ਬਾਰੇ ਸੋਚਿਆ ਜਾਂਦਾ? ਸਰ, ਆਨਲਾਈਨ ਬਾਰੇ ਸੋਚਿਆ ਜਾਂਦਾ, ਦੇਖੋ ਤੁਸੀਂ ਜਿੱਦਾਂ ਕਿਹਾ ਆਨਲਾਈਨ ਜਿੱਦਾਂ ਹੋਮ ਬੇਸਡ ਜਿੱਦਾਂ ਕੰਮ ਆ, ਫਿਰ ਆਨਲਾਈਨ ਜਾਂ ਕੋਈ ਕੰਮ ਅਸੀਂ ਕਰ ਸਕਦੇ, ਪਰ ਠੀਕ ਆ ਕੰਮ ਕਰ ਸਕਦੇ ਹਾਂ, ਪਰ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੂੰ ਸਕੂਲ ਲੈਵਲ 'ਤੇ ਹੀ ਉਹਨਾਂ ਦਾ ਇੰਨਾ ਡਿਸਕ੍ਰਿਮੀਨੇਸ਼ਨ ਹੋ ਜਾਂਦਾ, ਸਟਾਰਟਿੰਗ 'ਤੇ ਹੀ ਇੰਨਾ ਡਿਸਕ੍ਰਿਮੀਨੇਸ਼ਨ ਹੋ ਜਾਂਦਾ, ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸੁਸਾਇਟੀ ਨੇ ਸਾਨੂੰ ਅਸੈਪਟ ਹੀ ਨਹੀਂ ਕਰਨਾ, ਕਿਉਂਕਿ ਇੱਕ ਬੰਦੇ ਨੂੰ ਆਪਾਂ ਵਾਰ ਵਾਰ ਡੀਮੋਟੀਵੇਟ ਕਰੀ ਜਾਵਾਂਗੇ ਅਤੇ ਉਹਦਾ ਖੁਦ ਦਾ ਲੈਵਲ ਵੀ ਜਿਹੜਾ ਥੋੜ੍ਹਾ ਜਿਹਾ ਡਾਊਨ ਚਲਾ ਜਾਂਦਾ ਨਾ। ਸੋ ਇਹ ਸਭ ਨੂੰ ਵੱਡਾ ਰੀਜ਼ਨ ਆ ਕਿ ਅਸੀਂ ਪਹਿਲਾਂ ਹੀ ਉਹਨਾਂ ਨੂੰ ਇੰਨਾ ਨਕਾਰ ਦਿੰਦੇ ਹਾਂ ਕਿ ਮਗਰੋਂ ਉਹ ਉਹਨਾਂ ਨੂੰ ਜਿਸੇ ਅਪਣਾਉਣ ਦੀ ਕੋਸ਼ਿਸ਼ ਵੀ ਕਰੀਏ, ਪਹਿਲਕਦਮੀ ਵੀ ਕਰੀਏ, ਤਾਂ ਸ਼ਾਇਦ ਉਹਨਾਂ ਵੱਲੋਂ ਇੱਕ ਕਦਮ ਅਗਾਂਹ ਦੀ ਵਜ੍ਹਾ ਦੋ ਕਦਮ ਪਛਾਣ ਲਿੱਤੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਡਰ ਪੈ ਗਿਆ ਹੋਇਆ ਉਹਨਾਂ ਦੇ ਦਿਮਾਗ ਦੇ। ਮਾਤਾ ਪਿਤਾ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਹੈ, ਉਹਨਾਂ ਦੇ ਭਰਾ ਭੈਣ ਜਿਹੜੇ ਹੈ, ਕਿ ਉਹਨਾਂ ਦਾ ਰਵੱਈਆ ਵੀ ਇੰਨਾ ਪਿਆਰ ਭਰਿਆ ਨਹੀਂ ਹੁੰਦਾ? ਦੇਖੋ ਸਰ, ਇਹ ਇਹਨਾਂ ਦਾ ਜੇ ਮਾਤਾ ਪਿਤਾ ਦਾ ਫੈਮਿਲੀ ਵੱਲੋਂ ਸਪੋਰਟ ਕਰ, ਜਿੱਦਾਂ ਜਿਹੜੇ ਕਿ ਮੇਰੇ ਕੋਲੋਂ ਕੇਸਿਸ ਆਉਂਦੇ ਆ, ਮੇਰੇ ਕੋਲੋਂ ਤਾਂ ਜਿੰਨੇ ਵੀ ਕੇਸਿਸ ਆਉਂਦੇ, ਫੈਮਿਲੀ ਵੀ ਕਾਫੀ ਹੱਦ ਤੱਕ ਉਹਨਾਂ ਨੂੰ ਇਕਨੋਮਿਕਲੀ ਉਹਨਾਂ 'ਤੇ ਡਿਪੈਂਡ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ, ਕਿਉਂਕਿ ਪੰਜਾਬ ਦੇ ਵਿੱਚ ਬੜੀ ਇੱਜ਼ਤ ਆ ਟਰਾਂਸਜੈਂਡਰ ਕਮਿਊਨਿਟੀ ਦੀ, ਅਸੀਂ ਜਦੋਂ ਵੀ ਟਰਾਂਸਜੈਂਡਰ ਬਾਰੇ ਗੱਲ ਕਰਦੇ ਹਾਂ, ਅਸੀਂ ਸਾਡੇ ਦਿਮਾਗ ਦੇ ਵਿੱਚ ਇੱਕੋ ਇਮੇਜ ਆਉਂਦੀ ਆ ਕਿ ਇੱਕ ਅਜਿਹਾ ਪਰਸਨ ਜਿਹਨੇ ਕਿ ਸਲਵਾਰ ਸੂਟ ਪਾਇਆ ਹੈ ਜਾਂ ਤਾੜੀ ਮਾਰ ਕੇ ਜਾਂ ਉਹ ਬਲੈਸਿਸ ਦੇ ਕੇ ਪੈਸਾ ਗੇਨ ਕਰ ਰਿਹਾ ਹੈ, ਅਤੇ ਉਹ ਇਕਨੋਮਿਕਲੀ ਸਟਰੋਂਗ ਬਹੁਤ ਆ, ਅਸੀਂ ਹਮੇਸ਼ਾ ਸਾਡੇ ਦਿਮਾਗ ਦੇ ਵਿੱਚ ਇਹੀ ਛਾਪ ਉਹਦੀ ਛਪੀ ਹੋਈ ਆ, ਅਤੇ ਉਸ ਛਾਪ ਨੂੰ ਦੇਖਦੇ ਹੋਏ ਫਿਰ ਫੈਮਿਲੀ ਵੀ ਇਕਨੋਮਿਕਲੀ ਉਹਨਾਂ 'ਤੇ ਡਿਪੈਂਡ ਕਰਦੀ ਹੈ, ਤਾਂ ਫੈਮਿਲੀ ਪਿਆਰ ਉਹਨਾਂ ਨੂੰ ਤਾਂ ਪਿਆਰ ਕੀ ਮਿਲਣਾ, ਬਸ ਮਤਲਬ ਕਿ ਉਹ ਪੈਸਾ ਦੇਈ ਜਾਂਦੇ ਆ ਅਤੇ ਉਹਨਾਂ ਦਾ ਕੰਮ ਕਾਰ ਚੱਲੀ ਜਾਂਦਾ ਆ, ਜਾਂ ਉਹਨਾਂ ਨੂੰ ਪਰਿਵਾਰ ਮਾੜਾ ਮੋਟਾ ਪੁੱਛੀ ਜਾਂਦਾ ਹੈ, ਅਦਰਵਾਈਜ਼ ਜੇ ਪੈਸਾ ਨਾ ਦੇਣ ਤਾਂ ਉਹਨਾਂ ਨੂੰ ਕੋਈ ਵੀ ਨਹੀਂ ਪੁੱਛਦਾ। ਪਰ ਵਕੀਲ ਸਾਹਿਬ, ਕੀ ਕਾਨੂੰਨ ਦੇ ਮੁਤਾਬਕ ਜਾਂ ਆਰਟੀਕਲ ਜਾਂ ਸੰਵਿਧਾਨ ਦੇ ਮੁਤਾਬਕ ਕੀ ਉਹ ਆਪਣੇ ਪਰਿਵਾਰ ਨਾਲ ਆਪਣੇ ਲੋਕਾਂ ਦੇ ਵਿੱਚ ਨਹੀਂ ਰਹਿ ਸਕਦੇ? ਆਪਣੇ ਲੋਕਾਂ ਦੇ ਵਿੱਚ ਰਹਿ ਸਕਦੇ ਜੀ, ਬਿਲਕੁਲ ਰਹਿ ਸਕਦੇ ਆ। ਹੁਣ ਜਿਹੜੀ ਨਵੀਂ ਜਿਹੜੀ ਇਨੈਕਟਮੈਂਟ ਆਈ ਨਾ 2019 ਦੇ ਵਿੱਚ, ਹਾਲੇ ਇਹ ਕਾਨੂੰਨ ਇੰਪਲੀਮੈਂਟ ਨਹੀਂ ਹੋਇਆ, ਨੋਟੀਫਿਕੇਸ਼ਨ ਨਹੀਂ ਹੋਈ ਇਸ
ਕਿ ਜੇ ਕੋਈ ਐਸਾ ਬੱਚਾ ਕਿਸੇ ਫੈਮਿਲੀ ਦੇ ਵਿੱਚ ਪੈਦਾ ਹੋ ਜਾਂਦਾ ਅਤੇ ਉਹਨੂੰ ਦੂਸਰੇ ਜਿਹੜੇ ਟਰਾਂਸ ਹੈ ਜ਼ਬਰਦਸਤੀ ਉਹ ਲੈ ਜਾਂਦੇ ਆ। ਇੱਥੇ ਵੀ ਰੋਕ ਲਾਤੀ ਗਈ ਉਸ ਐਕਟ ਦੇ ਮੁਤਾਬਕ ਕਿ ਕੋਈ ਵੀ ਕਿਸੇ ਨੂੰ ਕਿਤੇ ਲਿਜਾ ਨਹੀਂ ਸਕਦਾ ਉਹਦੀ ਮਰਜ਼ੀ ਤੋਂ ਬਿਨਾਂ। ਔਰ ਇਹਨਾਂ ਦੀ ਐਜੂਕੇਸ਼ਨ, ਇਹਨਾਂ ਦਾ ਸੋਸ਼ਲ ਸੋਸ਼ਲੀ ਐਵਰੀਥਿੰਗ, ਜੋ ਕੁਛ ਵੀ ਇਹ ਚਾਹੁੰਦੇ ਆ, ਜੋ ਬਣਨਾ ਚਾਹੁੰਦੇ ਆ, ਈਵਨ ਕਿ ਇੱਥੇ ਤੱਕ ਕਰਤਾ ਕਿ ਗੌਰਮੈਂਟ ਨੇ ਉਸ ਇਨੈਕਟਮੈਂਟ ਦੇ ਵਿੱਚ ਕਿ ਕੋਈ ਵੀ ਟਰਾਂਸਜੈਂਡਰ ਹੈਗਾ ਜਿਹੜਾ ਆਪਣਾ ਜਿਹੜਾ ਸੈਕਸ ਆ, ਆਪਣਾ ਮੇਲ ਫੀਮੇਲ ਜਾਂ ਕੁਛ ਵੀ ਜਿਹੜਾ ਲਿਖਵਾ ਸਕਦਾ, ਇੱਕ ਡਿਸਟ੍ਰਿਕਟ ਮੈਜਿਸਟਰੇਟ DC ਸਾਹਿਬ ਨੂੰ ਦਰਖਾਸਤ ਦੇ ਕੇ ਕਿ ਮੈਂ ਇਹ ਜਿਹੜਾ ਆ ਮੈਂ ਮੇਲ ਹਾਂ ਜਾਂ ਮੈਂ ਮੇਲ ਫੀਮੇਲ ਹਾਂ, ਇਹ ਲਿਖਵਾ ਸਕਦਾ। ਪਰ ਤੁਸੀਂ ਜਿਹੜੇ ਆਪਣੇ ਸਕੂਲਸ ਨੇ ਜਾਂ ਸਿਹਤ ਸੇਵਾਵਾਂ ਦੇ ਕੇਂਦਰ ਨੇ ਜਾਂ ਹੋਰ ਸਰਕਾਰੀ ਸੰਸਥਾਵਾਂ ਨੇ, ਕੀ ਉਹਨਾਂ ਨੂੰ ਬਰਾਬਰ ਦਾ ਵਿਵਹਾਰ ਜਾਂ ਬਰਾਬਰ ਦੇ ਹੱਕ, ਬਰਾਬਰ ਦੀ ਆਜ਼ਾਦੀ ਵਗੈਰਾ ਥਾਰੀ ਦਿੱਤੀ ਜਾਂਦੀ ਹੈ? ਬਿਲਕੁਲ, ਕਾਨੂੰਨ ਦੇ ਮੁਤਾਬਕ ਤਾਂ ਆਜ਼ਾਦੀ ਬਿਲਕੁਲ ਬਰਾਬਰ ਆ। ਕਾਨੂੰਨ ਜਿਹੜਾ ਆ, ਕਾਨੂੰਨ ਹਰ ਆਜ਼ਾਦੀ ਦਿੰਦਾ ਹੈ, ਲੇਕਿਨ ਸੋਸ਼ਲੀ ਜਦੋਂ ਅਸੀਂ ਇਸ ਚੀਜ਼ ਨੂੰ ਸ਼ੁਰੂ ਤੋਂ ਐਕਸੈਪਟ ਨਹੀਂ ਕੀਤਾ ਹੋਇਆ ਸਮਾਜ ਨੇ, ਔਰ ਇਹ ਹੌਲੀ ਹੌਲੀ ਜਿਹੜੀ ਜਾਗਰੂਕਤਾ ਆ ਰਹੀ ਆ, ਕਿਉਂਕਿ ਹੁਣ ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਵਕੀਲ ਹੈਗੇ ਆ ਉਹ ਟਰਾਂਸਜੈਂਡਰ ਆ। ਮੈਂ ਨਾਮ ਲੈ ਸਕਦਾ ਇੱਕ ਦੋ ਬੰਦਿਆਂ ਦੇ ਜਿਹੜੇ ਟਰਾਂਸਜੈਂਡਰ ਹੈਗੇ ਔਰ ਬੜੀ ਵਧੀਆ ਵਕਾਲਤ ਕਰਦੇ ਆ। ਵਕੀਲ ਸਾਹਿਬ, ਤੁਹਾਡੀ ਗੱਲਬਾਤ ਸੁਣ ਕੇ ਨਾ ਕੋਈ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਪ੍ਰੋਗਰਾਮ 'ਚ। ਹੈਲੋ ਹੈਲੋ ਜੀ, ਸਵਾਗਤ ਹੈ ਜੀ। ਪਰ ਇਹ ਆ ਵੀ ਉਹ ਜਦੋਂ ਵਧਾਈਆਂ ਲੈਣ ਆਉਂਦੇ ਨੇ ਉਹ ਵੀ ਸਮਾਜ ਨੂੰ ਬੜਾ ਤੰਗ ਕਰਦੇ ਨੇ, ਅਸੀਂ ਸ਼ਰਾਬ ਦੇ ਦਿਆਂਗੇ। ਉਹ ਦੋਵੇਂ ਧਿਰਾਂ ਬਰਾਬਰ ਦੀਆਂ ਦੋ ਚੀਜ਼ ਨੇ, ਹਾਲਾਂਕਿ ਕਾਨੂੰਨ ਅਨੁਸਾਰ ਤਾਂ ਉਹਨਾਂ ਨੂੰ ਸਮਾਨਤਾ ਮਿਲੀ ਹੋਈ ਹੈ ਜੀ, ਪਰ ਲੋਕ ਨਹੀਂ ਦਿੰਦੇ ਜੀ, ਲੋਕ ਨਫ਼ਰਤ ਕਰਦੇ ਨੇ, ਹੱਥ ਪੈਂਦੇ ਨੇ। ਉਹਨਾਂ ਨੂੰ ਵੀ ਸਰ ਸੋਚ ਕੇ ਚੱਲਣਾ ਚਾਹੀਦਾ ਵੀ ਜੇ ਘਰ ਵਧਾਈ ਦੇਣ ਜੋਗਾ ਹੈਗਾ, ਰੇਟ ਨਹੀਂ ਇਹਦਾ। ਚਲੋ, ਉਹ ਤਾਂ ਇੱਕ ਕੇਸ ਹੈ, ਕੀ ਨਾਮ ਰਾਣਾ ਜੀ, ਉਹ ਕਹਿੰਦੇ ਵੀ ਕਈ ਵਾਰੀ ਉਹ ਵੀ ਕਹਿ ਦਿੰਦੇ ਆ ਵੀ ਵਾਧੂਆ ਦੇ ਦਿੰਦੇ ਨੇ, ਲੋਕ ਡਰਦੇ ਨੇ। ਹਾਂਜੀ ਲਖਵਿੰਦਰ ਜੀ, ਇੱਕ ਜਿੱਦਾਂ ਇਹਨਾਂ ਦਾ ਸਵਾਲ ਆਇਆ, ਮੈਂ ਸਵਾਲ ਦਾ ਜਵਾਬ ਦੇਵਾਂਗਾ। ਜਿਵੇਂ ਕਿ ਇੱਕ ਇਹਨਾਂ ਨੇ ਕਿਹਾ ਕਿ ਉਹ ਵਧਾਈਆਂ 'ਤੇ ਜਿੱਦ ਕਰ ਲੈਂਦੇ ਆ ਜਾਂ ਕੁਛ ਕਰ ਲੈਂਦੇ ਆ, ਵੈਸੇ ਤਾਂ ਪਿੰਡਾਂ ਥਾਈਂ ਦੇ ਵਿੱਚ ਵੈਸੇ ਅੱਜ ਕੱਲ੍ਹ ਵੈਸੇ ਹੀ ਲਾਕ ਬੰਨ੍ਹ ਦਿੱਤੇ ਹੋਏ ਆ ਕਿ ਇਹਨਾਂ ਨੂੰ ਇੰਨੀ ਵਧਾਈ ਦੇਣੀ ਆ, ਇਸ ਤੋਂ ਜ਼ਿਆਦਾ ਇਸ ਤੋਂ ਨਹੀਂ ਦੇਣੀ, ਅਤੇ ਉਹਨੂੰ ਨਿਯਮਿਤ ਕੀਤਾ ਜਾ ਸਕਦਾ, ਉਹਨਾਂ ਦੀ ਸਮੱਸਿਆ ਦਾ ਹੱਲ ਹੋ ਸਕਦਾ, ਉਸ ਸਮੱਸਿਆ ਦਾ ਹੱਲ ਹੋ ਸਕਦਾ। ਪਰ ਜੇ ਆਪਾਂ ਜੇ ਗੱਲ ਕਰੀਏ ਤਾਂ ਉਹਨਾਂ ਕੋਲੋਂ ਕੋਈ ਹੋਰ ਕਿੱਤਾ ਹੁੰਦਾ ਤਾਂ ਸ਼ਾਇਦ ਉਹ ਇਹ ਕੰਮ ਨਾ ਕਰਦੇ ਜੀ, ਕਿੱਤਾ ਉਹਨਾਂ ਕੋਈ ਹੋਰ ਹੁੰਦਾ ਤਾਂ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਸਮੇਂ ਦੇ ਵਿੱਚ, ਕਿਉਂਕਿ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਮੇਰਾ ਸਫ਼ਰ ਦੀ ਗੱਲ ਕਰਾਂ ਤਾਂ ਮੇਰੇ ਕੋਲ ਮੇਰਾ ਸਫ਼ਰ ਕਿਉਂ ਸਟਾਰਟ ਹੋਇਆ ਸੀ ਇਸ ਟਰਾਂਸਜੈਂਡਰ ਵੈਲਫੇਅਰ ਲਈ, ਕਿਉਂਕਿ ਮੇਰੇ ਕੋਲ ਇੱਕ ਬਜ਼ੁਰਗਵਾਰ ਮਹੰਤ ਆਏ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਭੈਣ ਦੇ ਘਰ ਮੁੰਡਾ ਹੋਇਆ ਹੋਇਆ ਜੀ, ਅਤੇ ਜਦਕਿ ਅਸੀਂ ਕੁੜੀਆਂ ਦੇ ਘਰ ਮੁੰਡਾ ਹੋਇਆ ਤਾਂ ਵਧਾਈ ਨਹੀਂ ਦਿੰਦੇ ਜੀ, ਜਿਵੇਂ ਸਾਡਾ ਕਿ ਚੱਲਣ ਆ, ਅਤੇ ਉਹਨਾਂ ਨੇ ਮੈਨੂੰ ਕਿਹਾ ਸਾਨੂੰ ਵਧਾਈ ਦਿਓ, ਅਤੇ ਮੈਂ ਜਦੋਂ ਮੈਂ ਵੀ ਉਹਨਾਂ ਵਾਲਾ ਸਵਾਲ ਕੀਤਾ ਕਿ ਅਸੀਂ ਕਿਉਂ ਵਧਾਈ ਦਈਏ ਕਿ ਕੁੜੀ ਦੇ ਘਰ ਮੁੰਡਾ ਹੋਇਆ ਸਾਡੇ ਘਰ ਥੋੜ੍ਹੇ ਨਾ ਹੋਇਆ ਜਿਹੜਾ ਅਸੀਂ ਵਧਾਈ ਦਈਏ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਪਹਿਲਾਂ ਤਾਂ ਲੋਕਾਂ ਦੇ ਇੱਕ ਘਰ ਸੱਤ ਜੀ ਹੁੰਦੇ ਸੀ ਅਤੇ ਸਾਨੂੰ ਹਰ ਸਾਲ ਉਸ ਘਰ 'ਚ ਵਧਾਈ ਮਿਲ ਜਾਂਦੀ ਸੀ, ਹੁਣ ਤਾਂ ਮਸੀਂ ਇੱਕ ਜੀ ਹੁੰਦਾ ਆ ਅਤੇ ਉਸ ਤੋਂ ਬਾਅਦ 25 ਸਾਲ ਸਾਨੂੰ ਉਸ ਘਰ ਇੰਤਜ਼ਾਰ ਕਰਨਾ ਪੈਂਦਾ ਕਿ ਉਹਦਾ ਮੁੜ ਵਿਆਹ ਹੋਵੇ ਅਤੇ ਮੁੜ ਸਾਨੂੰ ਉੱਥੋਂ ਵਧਾਈ ਮਿਲੇ, ਅਤੇ ਉਹ ਵੀ ਕਿਤੇ ਨਾ ਕਿਤੇ ਇੱਕ ਕਾਰਨ ਆ ਕਿ ਉਹਨਾਂ ਦੇ ਵੀ ਅਰਨਿੰਗ ਸੋਰਸ ਹੈ ਹੀ ਨਹੀਂ, ਲਿਮਿਟਿਡ ਅਰਨਿੰਗ ਸੋਰਸ ਆ, ਅਤੇ ਉਹ ਵੀ ਕਿੱਥੇ ਜਾਣ, ਤਾਂ ਸ਼ਾਇਦ ਉਹਨਾਂ ਦਾ ਜਦੋਂ ਸਾਨੂੰ ਕੁਛ ਦਿਖਦਾ ਨਾ ਹੋਵੇ ਤਾਂ ਉਦੋਂ ਅਸੀਂ ਅਗਰੈਸਿਵ ਵੀ ਹੋ ਜਾਂਦੇ ਹਾਂ, ਜਦੋਂ ਅਸੀਂ ਪਾਰਟੀਆਂ ਕਰਦੇ ਹਾਂ ਉਦੋਂ ਬਹੁਤ ਸਾਰਾ ਪੈਸਾ ਵੇਸਟ ਕਰਦੇ ਹਾਂ, ਉਦੋਂ ਅਸੀਂ ਨਹੀਂ ਸੋਚਦੇ, ਔਰ ਇਹਨਾਂ ਨੂੰ ਦਿਲ ਲੱਗਿਆ ਸੋਚਦੇ, ਇਹ ਵੀ ਬੜਾ ਸੋਚਣ ਵਾਲੀ ਗੱਲ ਹੈ ਕਿ ਹੋਰ ਵਿਖਾਵੇ ਵਾਸਤੇ, ਪ੍ਰਦਰਸ਼ਨ ਵਾਸਤੇ ਬਹੁਤ ਕੁਛ ਖਰਚਾ ਕਰਦੇ ਹਾਂ। ਸਮਾਜ ਨੂੰ ਕਦੀ ਆਪਣੇ ਅੰਦਰ ਝਾਤ ਮਾਰ ਕੇ ਉਹਨਾਂ ਲੋਕਾਂ ਦੇ ਜੀਵਨ ਨੂੰ, ਉਹਨਾਂ ਦਾ ਇਕੱਲਤਾ, ਉਹਨਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਨਕਾਰਨਾ ਸਾਡੇ ਸਮਾਜ ਵਾਸਤੇ, ਉਹਨਾਂ ਦੇ ਦਰਦ, ਉਹਨਾਂ ਦੇ ਘੁੱਟਣ ਬਾਰੇ ਕਦੀ ਸੋਚਣਾ ਚਾਹੀਦਾ ਹੈ, ਤਾਂ ਹੀ ਸਮਾਜ 'ਚ ਪਰਿਵਰਤਨ ਆਏਗਾ, ਸਮਾਜ ਦਾ ਮਾਇੰਡਸੈਟ ਚੇਂਜ ਹੋਏਗਾ। ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ। ਹੈਲੋ ਜੀ, ਲਿੰਕ ਸਥਾਪਿਤ ਹੋ ਰਿਹਾ, ਜੋ ਹੀ ਰਾਬਤਾ ਸਥਾਪਿਤ ਹੋਏਗਾ ਅਸੀਂ ਫਿਰ ਪ੍ਰੋਗਰਾਮ 'ਚ ਉਹਨਾਂ ਨੂੰ ਸ਼ਾਮਿਲ ਕਰਾਂਗੇ। ਅਸੀਂ ਗੱਲ ਕਰ ਰਹੇ ਸੀ ਵੀ ਉਹਨਾਂ ਦਾ ਦਰਦ ਕੀ ਸਮਾਜ ਸਮਝਦਾ? ਦਰਦ ਦੇ ਮੈਂ ਵੱਡੇ ਮੇਰੇ ਕੋਲੋਂ ਜਦੋਂ ਸਾਡੇ ਆਫਿਸ ਦੇ ਵਿੱਚ, ਦਫ਼ਤਰ ਦੇ ਵਿੱਚ ਆਉਂਦੇ ਲੋਕ ਆਉਂਦੇ ਆ, ਬਹੁਤ ਵੱਡੀਆਂ ਗੱਲਾਂ ਕਰਦੇ ਆ। ਈਵਨ ਸਾਡੇ ਆਫਿਸ ਦੇ ਵਿੱਚ ਇੱਕ ਚੱਲਦੀ ਟਰਾਂਸ ਕਿਚਨ ਜੀ, ਉੱਥੇ ਇੱਕ ਟਰਾਂਸਜੈਂਡਰ ਹੈਡ ਆ, ਉਹ ਕਿਚਨ ਚਲਾਉਂਦਾ ਆ, ਮਤਲਬ ਸਾਨੂੰ ਵੀ ਕਈ ਵਾਰੀ ਰੋਟੀ ਉਹੀ ਬਣਾ ਕੇ ਖਵਾਉਂਦਾ, ਅਸੀਂ ਖਾਂਦੇ ਹਾਂ, ਬੜਾ ਅੱਛਾ ਕੁੱਕ ਹੈ। ਅਸੀਂ ਲੋਕ ਜਦੋਂ ਗੱਲ ਕਰਦੇ ਹਾਂ ਕਿ ਅਸੀਂ ਉਹਨਾਂ ਦੀ ਆ ਕੇ ਵੱਡੀਆਂ ਗੱਲਾਂ ਕਰ ਦਿੰਦੇ ਹਾਂ ਕਿ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਕਿ ਅਸੀਂ ਇੱਕ ਟਰਾਂਸਜੈਂਡਰ ਨੂੰ ਆਪਣੇ ਘਰ ਲਿਜਾ ਕੇ ਕੁੱਕ ਦੀ ਨੌਕਰੀ ਦੇਵਾਂਗੇ?
ਕਦੇ ਸਾਡਾ ਮਾਈਂਡਸੈਟ ਹੀ ਇਹੋ ਜਿਹਾ ਕੁਛ ਬਣ ਚੁੱਕਾ ਹੋਇਆ ਕਿ ਸ਼ਾਇਦ ਅਸੀਂ ਮਨਾ ਕਰ ਦਿੰਦੇ ਹਾਂ ਉੱਥੇ। ਮੇਰੇ ਕੋਲ ਇੱਕ ਬਹੁਤ ਵੱਡੇ ਨਾਮੀ ਗ੍ਰਾਮੀ ਕੋਈ ਸ਼ਖਸ ਆਏ ਅਤੇ ਮਗਰੋਂ ਜਦੋਂ ਉਹਨਾਂ ਨੇ ਕਿਹਾ ਮੈਨੂੰ ਕੁੱਕ ਦੀ ਲੋੜ ਹੈ ਅਤੇ ਮੈਂ ਕੁੱਕ ਦਾ ਰੈਫਰ ਦਿੱਤਾ ਕਿ ਚਲੋ ਤੁਸੀਂ ਇਸ ਟਰਾਂਸਜੈਂਡਰ ਨੂੰ ਕੁੱਕ ਰੱਖ ਲਓ, ਤਾਂ ਉਹਨਾਂ ਦੇ ਮੇਰਾ ਜਵਾਬ ਦੂਸਰਾ ਜਵਾਬ ਸੀ ਨਹੀਂ ਮੇਰੇ ਬੱਚਿਆਂ 'ਤੇ ਸ਼ਾਇਦ ਮਾੜਾ ਅਸਰ ਪਏਗਾ। ਨਹੀਂ, ਜਿਸ ਤਰ੍ਹਾਂ ਤੁਸੀਂ ਕੁੱਕ ਦੀ ਗੱਲ ਕੀਤੀ, ਹੁਣ ਕੁੱਕ ਸਾਰੇ ਰੈਸਟੋਰੈਂਟ ਜਿਹੜਾ ਹੋਏਗਾ ਉਹ ਸਾਹਮਣੇ ਨਹੀਂ ਆਏਗਾ। ਹਾਂ, ਇਸ ਤਰ੍ਹਾਂ ਹੋਰ ਬਹੁਤ ਸਾਰੇ ਕਿੱਤੇ ਹੈ ਜਿਸ ਤਰ੍ਹਾਂ ਕਿ ਡਰਾਈਵਿੰਗ ਹੈ ਜਾਂ ਕੋਈ ਹੋਰ ਕਿੱਤੇ ਸਕਿੱਲ ਡਿਵੈਲਪਮੈਂਟ ਹੈ ਜਾਂ ਕੋਈ ਕੰਪਿਊਟਰ ਸਕਿਲਿੰਗ ਹੈ ਜਾਂ ਕੋਈ ਹੋਰ ਫੈਕਟਰੀ 'ਚ ਕੰਮ ਕਰਨਾ ਹੈ ਜਾਂ ਕੋਈ ਹੋਰ ਆਪਣੀ ਐਂਟਰਪ੍ਰੀਨਿਓਰਸ਼ਿਪ ਖੋਲ੍ਹਣਾ, ਆਪਣਾ ਰੁਜ਼ਗਾਰ ਖੋਲ੍ਹਣਾ, ਇਸ ਤਰ੍ਹਾਂ ਬਹੁਤ ਸਾਰੇ ਕਿੱਤੇ ਹੈ ਜਿਹੜੇ ਕਿ ਕੀਤੇ ਜਾ ਸਕਦੇ ਆ ਔਰ ਸਕਿੱਲ ਡਿਵੈਲਪਮੈਂਟ 'ਤੇ ਜ਼ੋਰ ਦਿੱਤਾ ਜਾ ਸਕਦਾ ਤਾਂ ਕਿ ਉਹਨਾਂ ਦਾ ਰੁਜ਼ਗਾਰ ਜਿਹੜਾ ਹੈ ਸ਼ੁਰੂ ਹੋਏ। ਕੀ ਸਰਕਾਰ ਜਾਂ ਤੁਹਾਡੀਆਂ ਸਵੈ ਸੇਵੀ ਸੰਸਥਾਵਾਂ ਇਹਨਾਂ ਬਾਰੇ ਸੋਚਦੀਆਂ? ਸਵੈ ਸੇਵੀ ਸੰਸਥਾਵਾਂ ਵੱਲੋਂ ਜੇ ਮੈਂ ਗੱਲ ਕਰਾਂ ਤਾਂ ਅਸੀਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਇਹਨਾਂ ਦੀ ਵੈਲਫੇਅਰ ਬੋਰਡ ਦਾ ਗਠਨ ਕੀਤਾ ਹੋਇਆ ਜਿਹਦੇ ਵਿੱਚ ਕਿ ਇਹਨਾਂ ਦੇ ਕਲਿਆਣ ਲਈ ਗੱਲਾਂ ਕੀਤੀਆਂ ਜਾਂਦੀਆਂ ਕਿ ਇਹਨਾਂ ਦਾ ਕਲਿਆਣ ਕਿਵੇਂ ਹੋ ਸਕਦਾ, ਕਿਵੇਂ ਅਸੀਂ ਇਹਨਾਂ ਨੂੰ ਹੋਰ ਸਮਾਜ ਦੇ ਨਾਲ ਮੇਨ ਸਟ੍ਰੀਮਿੰਗ ਕਰ ਸਕਦੇ ਹਾਂ। ਹੁਣ ਰੀਸੈਂਟਲੀ ਗੱਲ ਕਰਾਂ ਤਾਂ ਰੀਸੈਂਟਲੀ ਅਸੀਂ ਅਮਰੀਕਨ ਅੰਬੈਸੀ ਦੇ ਨਾਲ ਕਿ ਟਰਾਂਸਜੈਂਡਰ ਮਾਡਲ ਦਾ ਫੈਸ਼ਨ ਸ਼ੋਅ ਕੀਤਾ ਜਿਹਦੇ ਵਿੱਚ ਕਿ ਰੈਂਪ 'ਤੇ ਟਰਾਂਸਜੈਂਡਰ ਮਾਡਲ ਉੱਤੇ ਅਤੇ ਜਿਹੜਾ ਕਿ ਇੱਕ ਉਹਨਾਂ ਨੂੰ ਮੇਨ ਸਟ੍ਰੀਮਿੰਗ ਕਰਨ ਵਾਸਤੇ ਅਸੀਂ ਲੈ ਕੇ ਆਏ ਰੈਂਪ ਦੇ ਉੱਤੇ ਅਤੇ ਬੜਾ ਪੋਜ਼ੀਟਿਵ ਰਿਸਪੋਂਸ ਮਿਲਿਆ ਸਾਨੂੰ। ਬਿਲਕੁਲ ਠੀਕ ਹੈ। ਸਮਾਜ ਦਾ ਇੱਕ ਫਰਜ਼ ਹੈ ਕਿ ਇਸ ਵਰਗ ਨੂੰ ਜਿਹਨੂੰ ਕਿ ਅਸੀਂ ਤੀਜਾ ਵਰਗ ਕਹਿੰਦੇ ਹਾਂ ਜਾਂ ਟਰਾਂਸਜੈਂਡਰ ਜਾਂ ਥਰਡ ਜੈਂਡਰ ਕਹਿੰਦੇ ਹਾਂ, ਇਹਨਾਂ ਨੂੰ ਮੁੱਖ ਧਾਰਾ 'ਚ ਸ਼ਾਮਿਲ ਕੀਤਾ ਜਾਏ। ਫਿਲਹਾਲ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰ ਰਹੇ ਹਾਂ, ਭਾਵੇਂ ਟ੍ਰੈਫਿਕ ਸਾਡੇ 'ਚ ਰੁਕਾਵਟ ਬਣੀ ਹੈ। ਮਹੰਤ ਮੋਹਿਨੀ ਜੀ ਜਿਹੜੇ ਕਿ ਇਸ ਖੇਤਰ 'ਚ ਮਹੰਤ ਨੇ, ਉਹ ਫੋਨ 'ਤੇ ਰਾਬਤਾ ਸਥਾਪਿਤ ਕਰ ਰਹੇ ਨੇ। ਜਿਉਂ ਹੀ ਕੁਛ ਹੋ ਸਕੇਗਾ ਤਾਂ ਅਸੀਂ ਡੈਫੀਨੇਟਲੀ ਉਹਨਾਂ ਦੀ ਗੱਲਬਾਤ ਕਰਾਵਾਂਗੇ। ਜੀ ਰਾਣੇ, ਤੁਸੀਂ ਗੱਲਬਾਤ ਕਰ ਰਹੇ ਸੀ? ਤੋ ਮੈਂ ਗੱਲ ਕਰ ਰਹੀ ਸੀ ਕਿ ਅਸੀਂ ਜਿਵੇਂ ਕਿ ਟਰਾਂਸ ਮਾਡਲਸ ਨੂੰ ਜਿੱਦਾਂ ਉਹਨਾਂ ਦੇ ਵਿੱਚ ਟੈਲੈਂਟ ਆ, ਹੁਣ ਕਈ ਮਾਡਲਸ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਮਤਲਬ ਸਵੈ ਸੇਵੀ ਆਪਾਂ ਇੱਕ ਸੰਸਥਾ ਦੇ ਤੌਰ ਦੇ ਉੱਤੇ, ਫਿਰ ਇਸ ਤਰ੍ਹਾਂ ਹੀ ਬੱਚੇ ਵਿੱਚ ਬਿਊਟੀ ਆਰਟਿਸਟ ਆ, ਜਿੱਦਾਂ ਉਹਨਾਂ ਦੇ ਮਹਿੰਦੀ ਕੈਂਪਸ ਵਗੈਰਾ ਲਗਾਉਂਦੇ ਹਾਂ, ਤੁਸੀਂ ਗੱਲ ਸਕਿੱਲ ਡਿਵੈਲਪਮੈਂਟ ਜੋੜਦੇ ਹਾਂ ਕਾਫੀ, ਕਿਉਂਕਿ ਉਹਨਾਂ ਦਾ ਅਰਨਿੰਗ ਸੋਰਸ ਬਣਾਉਂਦੇ ਹਾਂ। ਪਰ ਐਟ ਦਾ ਐਂਡ ਜਦੋਂ ਅਸੀਂ ਕਿਤੇ ਆ ਕੇ ਕਿਤੇ ਆ ਕੇ ਸਾਨੂੰ ਵੀ ਵਿਤਕਰਾ ਪੇਸ਼ ਹੁੰਦਾ ਸਾਡੇ ਅੱਗੇ ਆਉਂਦਾ, ਅਸੀਂ ਵੇਖਦੇ ਹਾਂ ਜਦੋਂ ਸੁਸਾਇਟੀ ਅਸੈਪਟ ਨਹੀਂ ਕਰਦੀ ਕਿ ਜਦੋਂ ਸੁਸਾਇਟੀ ਅਸੈਪਟੈਂਸ ਦੇਣ ਨੂੰ ਅਗਾਂਹ ਪਹਿਲ ਕਦਮ ਨਹੀਂ ਕਰਦੀ, ਠੀਕ ਆ ਕੋਈ ਇੱਕ ਕਦਮ ਵਧਾਉਂਦਾ, ਸਾਨੂੰ ਦੋ ਕਦਮ ਉਹਦੇ ਵੱਲ ਵਧਾਉਣੇ ਚਾਹੀਦੇ ਆ। ਪਰ ਟਰਾਂਸਜੈਂਡਰ ਕਮਿਊਨਿਟੀ ਨੂੰ ਲੈ ਕੇ ਜੇ ਉਹ ਵੱਡੇ ਵੱਡੇ ਸੈਲੀਬ੍ਰਿਟੀ ਆ ਜਾਂ ਵੱਡੇ ਵੱਡੇ ਅਹੁਦਿਆਂ 'ਤੇ ਪਹੁੰਚ ਗਿਆ, ਬਟ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਫੇਸ ਕਰਨਾ ਹੀ ਪੈਂਦਾ। ਤੁਹਾਡੀ ਜਿਹੜੀ ਸੰਸਥਾ ਹੈ ਸ਼ਾਨ ਫਾਊਂਡੇਸ਼ਨ ਜਿਹੜੀ ਹੈ, ਜੇ ਕੋਈ ਇਸ ਤਰ੍ਹਾਂ ਦੇ ਖੇਤਰ 'ਚ ਜਿਹੜਾ ਤੀਸਰੀ ਜੈਂਡਰ ਦਾ ਹੈ ਤੁਹਾਡੇ ਨਾਲ ਰਾਬਤਾ ਸਥਾਪਿਤ ਕਰਨਾ ਚਾਹੇ, ਤੁਹਾਡੇ ਕੋਈ ਐਡਵਾਈਸ ਲੈਣਾ ਚਾਹੇ ਜਾਂ ਕੋਈ ਕਿੱਤਾਮੁਖੀ ਸਿੱਖਿਆ ਲੈਣਾ ਚਾਹੇ, ਤਾਂ ਕਿਵੇਂ ਸਥਾਪਿਤ ਕਰੇ ਤੁਹਾਡੇ ਨਾਲ? ਦੇਖੋ, ਸਭ ਤੋਂ ਪਹਿਲਾਂ ਤਾਂ ਪ੍ਰਾਊਡਲੀ ਸੀ ਕਿ ਮੇਰੇ ਖੁਦ ਦੇ ਸਟਾਫ ਦੇ ਵਿੱਚ ਵੀ ਟਰਾਂਸਜੈਂਡਰਸ ਨੇ। ਜੀ, ਮੈਂ ਕਿਹਾ ਤੁਸੀਂ ਦਰਸ਼ਕਾਂ ਰਾਹੀਂ ਜਾਂ ਇਸ ਮੰਚ ਰਾਹੀਂ ਕੋਈ ਮੈਸੇਜ ਦੇਣਾ ਚਾਹੋਗੇ, ਉਹ ਤੁਹਾਡੇ ਨਾਲ ਕਿੱਦਾਂ ਰਾਬਤਾ ਸਥਾਪਿਤ? ਉਹ ਰਾਬਤਾ ਦੇਖੋ, ਸਾਡੀ ਸੂਰੀ ਸੰਸਥਾ ਪੂਰੇ ਪੰਜਾਬ 'ਚ ਕੰਮ ਕਰ ਰਹੀ ਆ ਅਤੇ ਬਾਕੀ ਸ਼ਾਨ ਫਾਊਂਡੇਸ਼ਨ ਜਲੰਧਰ ਬੇਸਡ ਔਰਗਨਾਈਜੇਸ਼ਨ ਹੈ, ਜਲੰਧਰ ਵਿੱਚ ਗੂਗਲ 'ਤੇ ਅਵੇਲੇਬਲ? ਹਾਂਜੀ, ਗੂਗਲ 'ਤੇ ਅਵੇਲੇਬਲ ਹੈ, ਵੈਬਸਾਈਟਸ ਅਵੇਲੇਬਲ ਹੈ, ਵੈਬਸਾਈਟ ਜਾਂ ਫੋਨ? ਹਾਂਜੀ, ਵੈਬਸਾਈਟ ਹੈ, ਫੋਨ ਨੰਬਰ ਹੈ 01815098, ਜਿੱਥੇ ਕਿ ਸਾਡੀ ਸੰਸਥਾ ਦਾ ਹੈ 5092588। ਹਾਂਜੀ, ਇਹ ਜਿਹੜਾ ਫੋਨ ਨੰਬਰ ਹੈ ਇੱਥੇ ਤੁਸੀਂ ਕਦੇ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਨੂੰ ਪੂਰੇ ਪੰਜਾਬ ਲੈਵਲ ਤੋਂ ਕਮਿਊਨਿਟੀ ਦੀਆਂ ਕਾਲਸ ਆਉਂਦੀਆਂ ਆ, ਅਸੀਂ ਉਹਨਾਂ ਨੂੰ ਐਡਰੈਸ ਕਰੀਦਾ ਹੈ, ਉਹਨਾਂ ਨੂੰ ਕੰਮ ਕਰੀਦਾ, ਕਿਉਂਕਿ ਇਸ ਕਮਿਊਨਿਟੀ ਨਾਲ ਕ੍ਰਾਈਸਿਸ ਬਹੁਤ ਹੁੰਦਾ ਹੈ। ਜੀ ਬਿਲਕੁਲ, ਹੈ ਨਾ, ਤੋ ਅਸੀਂ ਕ੍ਰਾਈਸਿਸ ਨੂੰ ਵੀ ਐਡਰੈਸ ਕਰਦੇ ਹਾਂ। ਕ੍ਰਾਈਸਿਸ ਸਾਡੇ ਕੋਲ ਪ੍ਰੋਪਰ ਟੀਮ ਆ ਜਿਹੜੀ ਕਿ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਕ੍ਰਾਈਸਿਸ ਨੂੰ ਐਡਰੈਸ ਕਰਦੀ ਹੈ, ਕ੍ਰਾਈਸਿਸ ਨੂੰ ਅਸੀਂ ਸੋਲਵ ਆਊਟ ਕਰਦੇ ਹਾਂ, ਰਿਜ਼ੋਲਵ ਕਰਦੇ ਹਾਂ। ਵਕੀਲ ਸਾਹਿਬ, ਇਸ ਵਰਗ ਦੇ ਲੋਕ ਤੁਹਾਡੇ ਕੋਲ ਆਉਂਦੇ ਨੇ ਕਾਨੂੰਨੀ ਸਹਾਇਤਾ ਵਾਸਤੇ ਜਾਂ? ਬਹੁਤ ਵਾਰੀ ਆਏ ਜੀ, ਬਹੁਤ ਚਾਂਸ ਹੋਏ ਆ ਕਿ ਇਹਨਾਂ ਦੇ ਪ੍ਰੋਪਰਟੀ ਦੇ ਡਿਸਪਿਊਟਸ ਹੈਗੇ ਆ, ਜਿਹੜੇ ਕਿ ਕਾਨੂੰਨ ਦੇ ਵਿੱਚ ਕੋਈ ਐਸਾ ਨਹੀਂ ਹੈਗਾ ਕਿ ਕਾਨੂੰਨ ਇਹਨਾਂ ਲਈ ਜਾਂ ਦੂਸਰੇ ਪਬਲਿਕ ਲਈ ਜਾਂ ਮੇਲ ਫੀਮੇਲ ਲਈ ਵੱਖਰਾ ਕਾਨੂੰਨ ਨਹੀਂ ਹੈ। ਜੇ ਕਿਸੇ ਵੀ ਟਰਾਂਸਜੈਂਡਰ ਦਾ ਜਾਂ ਕੋਈ ਪ੍ਰੋਪਰਟੀ ਦਾ ਡਿਸਪਿਊਟ ਆ, ਉਹੀ CPC, ਉਹੀ CRPC ਔਰ ਉਹੀ IPC ਇਹਨਾਂ 'ਤੇ ਵੀ ਲੱਗਦੀ ਆ, ਸਾਰਿਆਂ 'ਤੇ ਲੱਗਦੀ ਆ, ਸੇਮ ਹੀ ਹੈ। ਅਦਰਵਾਈਜ਼ ਮਤਲਬ ਕੋਈ ਫੀ ਸਰਕਾਰ ਵੱਲੋਂ ਕੋਈ ਰਿਆਇਤ ਦਿੱਤੀ ਜਾਂਦੀ ਹੋਵੇ? ਸਰਕਾਰ ਵੱਲੋਂ ਸਪੈਸ਼ਲ ਕੋਈ ਇੱਦਾਂ ਦੀ ਇਨੈਕਟਮੈਂਟ ਨਹੀਂ ਹੈਗੀ ਕਿ ਇਹਨਾਂ ਨੂੰ ਕੋਈ ਸਪੈਸ਼ਲ ਦਿੱਤਾ ਜਾਵੇ ਜੀ, ਲੇਕਿਨ ਉੱਦਾਂ ਫਰੀ ਲੀਗਲ ਏਡ ਦੇ ਵਿੱਚ ਕੋਈ ਵੀ ਬੰਦਾ ਜਾ ਕੇ ਆਪਣਾ ਇਹ ਕਹਿ ਸਕਦਾ ਕਿ ਮੈਂ ਫੀਸ ਅਫੋਰਡ ਨਹੀਂ ਕਰ ਸਕਦਾ ਜਾਂ ਮੈਂ ਕੋਈ ਇੱਦਾਂ ਦਾ ਮੈਨੂੰ ਪ੍ਰੋਬਲਮ ਹੈਗੀ ਆ, ਅਤੇ ਫਰੀ ਲੀਗਲ ਏਡ ਜਿਹੜੀ ਉਹ ਸਾਰਿਆਂ ਲਈ ਹੈਗੀ ਆ। ਰਾਣੀ, ਤੁਸੀਂ ਸਮਾਜ ਸੇਵੀ ਦੇ ਤੌਰ 'ਤੇ ਇਸ ਖੇਤਰ 'ਚ ਬਹੁਤ ਕੰਮ ਕਰ ਰਹੇ ਹੋ, ਜਦੋਂ ਭਾਰਤ 'ਚ ਜੋ ਸਥਿਤੀ ਹੈ ਜਾਂ ਪੰਜਾਬ 'ਚ ਜੋ ਸਥਿਤੀ, ਇਸ ਨੂੰ ਅਸੀਂ ਦੂਜੇ ਦੇਸ਼ਾਂ ਦੇ ਨਾਲ ਤੁਲਨਾਤਮਕ ਤੌਰ 'ਤੇ ਅਧਿਨ ਕਰੀਏ, ਤਾਂ ਦੂਜੇ ਦੇਸ਼ਾਂ 'ਚ ਕੀ ਸਥਿਤੀ ਹੈ? ਖਾਸ ਕਰਕੇ ਮੈਂ ਸੁਣਿਆ ਥਾਈਲੈਂਡ ਜਿਹੜੀ ਹੈ ਉੱਥੇ ਕਾਫੀ ਇਹਨਾਂ ਦੀ ਸਥਿਤੀ ਅੱਛੀ ਹੈ।
ਦੂਜੇ ਦੇਸ਼ਾਂ ਦੀ ਬਤੌਰ ਦੀ ਗੱਲ ਕਰਾਂ ਤਾਂ ਮੈਂ ਇੰਡੀਆ ਲੈਵਲ ਦੀ ਗੱਲ ਕਰਦਾ ਕਿ ਪਹਿਲਾਂ ਤਾਂ ਭਾਰਤ ਦਾ ਹੀ ਸਭ ਨਾਲੋਂ ਬਹੁਤ ਵਧੀਆ ਧੰਨਵਾਦ ਆ ਕਿ ਭਾਰਤ ਨੇ ਇੱਕ ਨੌਕਰੀ ਇੱਕ ਨੂੰ ਪਹਿਚਾਣ ਦਿੱਤੀ ਵੱਖਰੀ ਟੀ ਕਰਕੇ ਟਰਾਂਸਜੈਂਡਰ ਕਰਕੇ ਟੀ ਬਣਾਇਆ ਐਫ ਐਮ ਓ ਟੀ ਬਣਾਇਆ ਹੈ ਨਾ ਬਾਕੀ ਹੋਰ ਕੰਟਰੀਆਂ 'ਚ ਕਾਫੀ ਜਗ੍ਹਾ 'ਤੇ ਹਾਲਤ ਹਾਲੇ ਸਹੀ ਵੀ ਨਹੀਂ ਹੈਗੀ ਅਤੇ ਜਿਵੇਂ ਕਿ ਵਕੀਲ ਸਾਹਿਬ ਹੁਣ ਥੋੜ੍ਹੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਕਿ ਇਹਨਾਂ ਨੂੰ ਜਿਹੜੇ ਕਿ ਸਾਰੇ ਹੱਕ ਸੇਮ ਆ ਜਿਸ ਤਰ੍ਹਾਂ ਕਿ ਆਮ ਸਿਟੀਜ਼ਨ ਦੇ ਆ ਪਰ ਹਲੇ ਵੀ ਸਰ ਦੇਖੋ ਟਰਾਂਸਜੈਂਡਰ ਕਪਲਸ ਦੇ ਵਿੱਚ ਮੈਂ ਗੱਲ ਕਰਾਂ ਤਾਂ ਟਰਾਂਸਜੈਂਡਰ ਨੂੰ ਰਾਈਟ ਟੂ ਮੈਰਿਜ ਨਹੀਂ ਹੈਗਾ ਜੀ ਓਨਲੀ ਮਦਰਾਸ ਹਾਈ ਕੋਰਟ ਨੇ ਜਿਹੜਾ ਕਿ ਪਿੱਛੇ ਜੇ ਹਲੇ ਕਿ ਉਹਨਾਂ ਨੂੰ ਬ੍ਰਾਈਡ ਦਾ ਹੱਕ ਦਿੱਤਾ ਹੈ ਕਿ ਉਹ ਹਿੰਦੂ ਬ੍ਰਾਈਡ 'ਚ ਕੰਸਿਡਰ ਹੋਣਗੇ ਬਟ ਜੇ ਆਪਾਂ ਜੇ ਗੱਲ ਕਰੀਏ ਤਾਂ ਹਾਲੇ ਤੱਕ ਇੰਡੀਅਨ ਗਵਰਨਮੈਂਟ ਦੇ ਅਕੋਰਡਿੰਗ ਕਿ ਸਾਰੀਆਂ ਸਟੇਟਾਂ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੈਗਾ ਕਿ ਉਹਨਾਂ ਨੂੰ ਬ੍ਰਾਈਡ ਦਾ ਹੱਕ ਦਿੱਤਾ ਜਾਵੇ ਉਹ ਇਕੱਠੇ ਰਹਿ ਸਕਦੇ ਵਿੱਚ ਇਕੱਠੇ ਰਹਿਣਾ ਸਰ ਦੇਖੋ ਇਕੱਠੇ ਰਹਿ ਸਕਦੇ ਆ ਬਟ ਉਹਨਾਂ ਨੂੰ ਬ੍ਰਾਈਡ ਦਾ ਹੱਕ ਵੀ ਤਾਂ ਉਵੇਂ ਹੀ ਹੋਣਾ ਚਾਹੀਦਾ ਹੋਣਾ ਮਿਲਣਾ ਚਾਹੀਦਾ ਹੈ ਮੈਰਿਜ ਵਗੈਰਾ ਰਜਿਸਟਰਡ ਨਹੀਂ ਹੋ ਸਕਦੀ ਮੈਰਿਜ ਉਹਨਾਂ ਦੀ ਰਜਿਸਟਰਡ ਹੋਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਫਿਰ ਮੰਨ ਲਓ ਕਿ ਜਿਵੇਂ ਬੈਂਕ ਮੇਰਾ ਮੈਂ ਟਰਾਂਸਜੈਂਡਰ ਹਾਂ ਮੈਂ ਬੈਂਕ ਦੇ ਵਿੱਚ ਜਾ ਕੇ ਆਪਣਾ ਖਾਤਾ ਖੁਲਵਾਉਣਾ ਆ ਅਤੇ ਮੇਰਾ ਕੋਈ ਨੋਮੀਨੀ ਜਿਹੜਾ ਆ ਉਹ ਮੇਰਾ ਨਹੀਂ ਹੋ ਸਕਦਾ ਮੇਰਾ ਪਾਰਟਨਰ ਮੇਰਾ ਨੋਮੀਨੀ ਨਹੀਂ ਹੋ ਸਕਦਾ ਉਹ ਵੀ ਮੈਨੂੰ ਪ੍ਰੋਬਲਮ ਆ ਹੈ ਨਾ ਜੇ ਸਮਾਜ 'ਚ ਕੋਈ ਬੱਚਾ ਅਡੋਪਟ ਕਰਨਾ ਚਾਹੁੰਦਾ ਅਡੋਪਸ਼ਨ ਵੇਲੇ ਵੀ ਬਹੁਤ ਤਕੜੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਬਿਕੋਜ਼ ਉਹਨਾਂ ਦੇ ਡਾਕੂਮੈਂਟੇਸ਼ਨ ਦੇ ਇਸ਼ੂਜ਼ ਬਹੁਤ ਜ਼ਿਆਦਾ ਆ ਜਿਹਨਾਂ ਨੂੰ ਅਸੀਂ ਐਡਰੈਸ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਹਨਾਂ ਦੇ ਸਿੱਖਿਆ ਦੇ ਵਿੱਚ ਸਿਹਤ ਸੇਵਾਵਾਂ 'ਚ ਨੌਕਰੀ ਦੇ ਵਿੱਚ ਜਾਂ ਕੋਈ ਹੋਰ ਆਪਣੀ ਪਛਾਣ ਰਜਿਸਟਰਡ ਕਰਾਉਣ 'ਚ ਬਹੁਤ ਅੜਚਣਾਂ ਆਉਂਦੀਆਂ ਜੀ ਬਹੁਤ ਅੜਚਣਾ ਜਿਵੇਂ ਕਿ ਦੇਖੋ ਹੁਣ ਜਿਵੇਂ ਲੋਕ ਸਭਾ ਬਿੱਲ ਦੇ ਵਿੱਚ ਹੁਣ ਇੱਕ ਸਕਰੀਨਿੰਗ ਕਮੇਟੀ ਪਾਸ ਕੀਤੀ ਗਈ ਹੈ ਸਕਰੀਨਿੰਗ ਕਮੇਟੀ ਜਿਹੜੀ ਪਾਸ ਕੀਤੀ ਗਈ ਸਕਰੀਨਿੰਗ ਕਮੇਟੀ ਹੁਣ ਕਿਸੇ ਮੇਲ ਨੂੰ ਸਕਰੀਨਿੰਗ ਦੀ ਲੋੜ ਨਹੀਂ ਪੈਂਦੀ ਫੀਮੇਲ ਨੂੰ ਸਕਰੀਨਿੰਗ ਦੀ ਲੋੜ ਨਹੀਂ ਪੈਂਦੀ ਅਤੇ ਟਰਾਂਸਜੈਂਡਰ ਲਈ ਕਿਉਂ ਬਿਲਕੁਲ ਠੀਕ ਟਰਾਂਸਜੈਂਡਰ ਲਈ ਕਿਉਂ ਸੋ ਵਿਤਕਰਾ ਹੁੰਦਾ ਹੈ ਵਿਤਕਰਾ ਤਾਂ ਹੈ ਕਿਤੇ ਨਾ ਕਿਤੇ ਲੈਵਲ 'ਤੇ ਵਿਤਕਰਾ ਤਾਂ ਹਰ ਜਗ੍ਹਾ 'ਤੇ ਆ ਵੈਸੇ ਵਿਤਕਰਾ ਜੇ ਆਪਾਂ ਟਰਾਂਸਜੈਂਡਰ ਨੂੰ ਛੱਡ ਕੇ ਵੀ ਗੱਲ ਕਰੀਏ ਤਾਂ ਹਰ ਇੱਕ ਇਨਸਾਨ ਨਾਲ ਕਿਤੇ ਨਾ ਕਿਤੇ ਵਿਤਕਰਾ ਹੁੰਦਾ ਪਰ ਇਹ ਹੈ ਕਿ ਇਸ ਕਮਿਊਨਿਟੀ ਨੂੰ ਥੋੜ੍ਹਾ ਜ਼ਿਆਦਾ ਦਰਨਾ ਪੈਂਦਾ ਕਿਉਂਕਿ ਇਹ ਫੀਮੇਨਾਈਨ ਆ ਅਤੇ ਉਸ ਤੋਂ ਬਾਅਦ ਇਹਨਾਂ ਦੀ ਸਮਾਜ 'ਚ ਅਸੈਪਟੈਂਸ ਘੱਟ ਆ ਹੁਣ ਵਕੀਲ ਸਾਹਿਬ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਲੋਕ ਆਪਣਾ ਲਿੰਗ ਵੀ ਚੇਂਜ ਕਰਾ ਲੈਂਦੇ ਨੇ ਕਈ ਹੋਰ ਤਰ੍ਹਾਂ ਦੇ ਓਪਰੇਸ਼ਨ ਕਰਾ ਲੈਂਦੇ ਕਿ ਇਸ ਵਿੱਚ ਵੀ ਕੋਈ ਐਸੀ ਤੁਸੀਂ ਕਹਿ ਸਕਦੇ ਹੋ ਕਿ ਕਾਢ ਹੋ ਸਕਦੀ ਹੈ ਕਿ ਇਹਨਾਂ ਦਾ ਜੀਵਨ ਜਿਹੜਾ ਹੈ ਉਹ ਵੀ ਮੁੱਖ ਧਾਰਾ 'ਚ ਸ਼ਾਮਿਲ ਹੋ ਜਾਏ ਜਾਂ ਇਹ ਵੀ ਉਸੇ ਵਰਗ 'ਚ ਸ਼ਾਮਿਲ ਹੋ ਜਾਣ ਜਿਹੜੇ ਵਰਗ ਸਮਾਜ ਵਿੱਚ ਮੁੱਖ ਧਾਰਾ 'ਚ ਆਪਣਾ ਆਪਣਾ ਸਨਮਾਨ ਪ੍ਰਾਪਤ ਕਰਦੇ ਇਹ ਜਿਹੜਾ ਹੁਣ ਪ੍ਰੈਜੈਂਟ ਜਿਹੜਾ ਕਾਨੂੰਨ ਨਵਾਂ ਬਣਿਆ ਹੈ ਜੀ ਉਹਦੇ ਵਿੱਚ ਇਹ ਸਪੈਸ਼ਲ ਇਨੈਕਟਮੈਂਟ ਇਹ ਹੈਗੀ ਆ ਕਿ ਕੋਈ ਵੀ ਬੰਦਾ ਆਪਣਾ ਲਿੰਗ ਚੇਂਜ ਕਰਾਉਣਾ ਚਾਹੁੰਦਾ ਹੋਵੇ ਜੇ ਉਹ ਟਰਾਂਸਜੈਂਡਰ ਹੈਗਾ ਆ ਜੇ ਉਹ ਮੇਲ ਬਣਨਾ ਚਾਹੁੰਦਾ ਜਾਂ ਫੀਮੇਲ ਬਣਨਾ ਚਾਹੁੰਦਾ ਆ ਉਹ ਜਿੰਨਾ ਵੀ ਖਰਚਾ ਹੋਊਗਾ ਉਹ ਗਵਰਨਮੈਂਟ ਦੇਵੇਗੀ ਉਹਦਾ ਸਿਵਲ ਹੋਸਪਿਟਲ ਦੇ ਵਿੱਚ ਜਾ ਕੇ ਉਹ ਇਹ ਜਿਹੜਾ ਜਿੱਥੇ ਵੀ ਕਿਤੇ ਫੈਸਿਲਿਟੀ ਹੈਗੀ ਆ ਉਹ ਇਹ ਕਰਵਾ ਸਕਦਾ ਆਪਣਾ ਉਹ ਗਵਰਨਮੈਂਟ ਵੱਲੋਂ ਹੀ ਹੈਗਾ ਇਹ ਵੈਸੇ ਜਿਹੜੇ ਰਾਈਟ ਟੂ ਲਿਬਰਟੀ ਪ੍ਰੋਪਰਟੀ ਇਕੁਆਲਿਟੀ ਇੱਦਾਂ ਜਿਹੜੇ ਅਧਿਕਾਰ ਆ ਉਹ ਪੂਰੀ ਤਰ੍ਹਾਂ ਬਰਾਬਰ ਆ ਜੀ ਲੇਕਿਨ ਥੋੜ੍ਹਾ ਜਿਹਾ ਸਮਾਜਿਕ ਤੌਰ 'ਤੇ ਲੀਗਲੀ ਬਰਾਬਰ ਹੈਗੇ ਆ ਲੇਕਿਨ ਸਮਾਜਿਕ ਤੌਰ 'ਤੇ ਜਿੱਦਾਂ ਆਪਣੇ ਦੀਪਕ ਜੀ ਨੇ ਦੱਸਿਆ ਕਿ ਵਾਕਈ ਹੈ ਗੱਲ ਇਹ ਕਿ ਅੱਜ ਦੀ ਲੋੜ ਆ ਇਸ ਸਮਾਜ ਨੂੰ ਕਿ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਆ ਕਿ ਇਹ ਵੀ ਸਾਡੇ ਵਰਗੇ ਹੀ ਆ ਔਰ ਸੇਮ ਹੈਗੇ ਆ ਸਾਨੂੰ ਇਹਨਾਂ ਦੇ ਨਾਲ ਡਿਸਕ੍ਰੀਮੀਨੇਸ਼ਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਔਰ ਇਹਨਾਂ ਨੂੰ ਅਸੀਂ ਐਕਸੈਪਟ ਕਰਨਾ ਸਾਨੂੰ ਜ਼ਰੂਰੀ ਆ ਔਰ ਕਰਨਾ ਵੀ ਚਾਹੀਦਾ ਬਿਲਕੁਲ ਠੀਕ ਗੱਲ ਕੀਤੀ ਸਮਾਜ ਜਿਹੜਾ ਹੈ ਉਹ ਵਕਤ ਬਦਲਿਆ 19ਵੀਂ ਸਦੀ ਬਦਲੀ 20ਵੀਂ ਸਦੀ ਬਦਲੀ 21ਵੀਂ ਸਦੀ ਬਦਲੀ ਲੋਕਾਂ ਦਾ ਮਾਇੰਡ ਸੈੱਟ ਚੇਂਜ ਹੋਣਾ ਚਾਹੀਦਾ ਮਾਇੰਡ ਸੈੱਟ ਚੇਂਜ ਹੋ ਜਾਏ ਫਿਰ ਜੁੜ ਚੁੱਕੇ ਨੇ ਸਾਡੇ ਨਾਲ ਮਹੰਤ ਮੋਹਿਨੀ ਜੀ ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਜੀ ਸਵਾਗਤ ਹੈ ਮਹੰਤ ਜੀ ਅਸੀਂ ਟ੍ਰੈਫਿਕ ਰਸਤੇ 'ਚ ਰੁਕਾਵਟ ਬਣ ਗਈ ਲੇਕਿਨ ਅਸੀਂ ਤੁਹਾਡੀ ਗੱਲਬਾਤ ਜ਼ਰੂਰ ਸੁਣਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਬੋਲੀਏ ਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਥਰਡ ਜੈਂਡਰ ਔਰ ਸਮਾਜਿਕ ਸਮਾਨਤਾ ਤੁਸੀਂ ਵਿਵਹਾਰਿਕ ਤੌਰ ਦੇ ਉੱਪਰ ਆਪਣੇ ਜੀਵਨ 'ਚ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਸਮਾਜ ਵਿੱਚ ਕੋਈ ਐਸਾ ਦਰਦ ਜਾਂ ਐਸੀ ਤਨਹਾਈ ਜਾਂ ਮੁਸ਼ਕਲਾਂ ਕਿਹੋ ਜਿਹੀਆਂ ਆਉਂਦੀਆਂ ਨੇ ਇਸ ਵਰਗ ਦੇ ਨਾਲ ਤੁਸੀਂ ਥੋੜ੍ਹਾ ਉਸ 'ਤੇ ਰੋਸ਼ਨੀ ਪਾਓ ਸਮਾਜ ਦੇ ਵਿੱਚ ਐਕਸੈਪਟੈਂਸ ਨਹੀਂ ਹੈ ਜੀ ਹਲੇ ਜੀ ਸਮਾਜ ਹਲੇ ਐਕਸੈਪਟ ਨਹੀਂ ਕਰ ਰਿਹਾ ਵੈਸੇ ਸੁਪਰੀਮ ਕੋਰਟ ਨੇ ਥਰਡ ਜੈਂਡਰ ਦਾ ਦਰਜਾ ਜ਼ਰੂਰ ਦੇਤਾ 2014 ਚ ਲੇਕਿਨ ਹਲੇ ਵੀ ਸਮਾਜ ਨੂੰ ਕਾਫੀ ਭ੍ਰਾਂਤੀਆਂ ਮਹਿਸੂਸ ਹੋ ਰਹੀਆਂ ਹੈ ਥਰਡ ਜੈਂਡਰ ਦੇ ਵਿੱਚ ਥਰਡ ਜੈਂਡਰ ਦੇ ਪ੍ਰਤੀ ਜੋ ਭਾਵਨਾਏ ਹੈ ਸਮਾਜ ਦੀ ਉਹ ਹਲੇ ਧੀਰੇ ਧੀਰੇ ਚੇਂਜ ਹੋਣਗੀਆਂ ਤੁਸੀਂ ਕੀ ਉਮੀਦ ਕਰਦੇ ਹੋ ਸਮਾਜ ਤੋਂ ਜਾਂ ਸਰਕਾਰ ਤੋਂ ਇਸ ਦੇਸ਼ ਤੋਂ ਕੀ ਚਾਹੁੰਦੇ ਹੋ ਕਿਹੜੀਆਂ ਮੰਗਾਂ ਹੈਗੀਆਂ ਜਿਹੜੀਆਂ ਕਿ ਜਿਨ੍ਹਾਂ ਉੱਪਰ ਗੌਰ ਕਰਨਾ ਚਾਹੀਦਾ ਹੈ ਸਭ ਨੂੰ ਮਿਲ ਕੇ ਜੀ ਸਰਕਾਰ ਤੋਂ ਤਾਂ ਮੈਂ ਇਹੀ ਬੇਨਤੀ ਕਰਦੀ ਹਾਂ ਕਿ ਸਰਕਾਰ ਸਾਨੂੰ
ਜਦੋਂ ਸੁਪਰੀਮ ਕੋਰਟ ਨੇ ਥਰਡ ਜੈਂਡਰ ਬਣਾਤਾ ਮੇਲ ਫੀਮੇਲ ਦੇ ਇਲਾਵਾ, ਤੇ ਸਰਕਾਰ ਨੂੰ ਵੀ ਚਾਹੀਦਾ ਇਹਦੇ ਚ ਕੁਛ ਨਾ ਕੁਛ ਆਪਣਾ ਕੋਟਾ ਰਿਜ਼ਰਵ ਕਰਨ ਵਾਸਤੇ ਸਟੱਡੀ ਦੇ ਵਿੱਚ, ਨੌਕਰੀ ਦੇ ਵਿੱਚ, ਕੋਈ ਵੀ ਗੌਰਮੈਂਟ ਸਕੀਮ ਆ ਉਹਦੇ ਵਿੱਚ, ਤੇ ਬਾਕੀ ਸਮਾਜ ਅਗਰ ਬਦਲਦਾ ਹੈ ਤਾਂ ਦੁਨੀਆ ਬਦਲਦੀ ਹੈ। ਹੁਣ ਪੜ੍ਹ ਲਿਖ ਕੇ ਕਿੰਨਰ ਕਮਿਊਨਿਟੀ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਹਾਈ ਕੁਆਲੀਫਾਈਡ ਹੋ ਚੁੱਕੇ ਹੈ, ਤਾਂ ਸਮਾਜ ਨੇ ਮੈਨੂੰ ਵੀ ਚਾਹੀਦਾ ਹੈ ਕਿ ਸਮਾਜ ਵੀ ਆਪਣਾ ਨਜ਼ਰੀਆ ਬਦਲ ਕੇ ਇਸ ਕਮਿਊਨਿਟੀ ਨੂੰ ਐਕਸੈਪਟ ਕਰੇ। ਤੁਸੀਂ ਚਾਹੁੰਦੇ ਹੋ ਵੀ ਸਰਕਾਰ ਨੌਕਰੀਆਂ ਵਿੱਚ, ਸਿੱਖਿਆ ਸੰਸਥਾਵਾਂ ਵਿੱਚ ਜਾਂ ਹੋਰ ਸੁਵਿਧਾਵਾਂ ਵਿੱਚ ਕੋਈ ਰਾਖਵਾਂਕਰਨ ਕਰੇ ਤੁਹਾਡੇ ਲਈ ਖਾਸ ਸਥਾਨ ਰੱਖੇ ਤਾਂ ਕਿ ਤੁਹਾਨੂੰ ਕੋਈ ਵਿਵਹਾਰਿਕ ਤੌਰ 'ਤੇ ਮੁਸ਼ਕਿਲ ਨਾ ਆਵੇ? ਜੀ, ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਪੰਜਾਬ ਗੌਰਮੈਂਟ ਤੋਂ ਮੈਂ ਇਹੀ ਅਪੀਲ ਕਰਦੀ ਹਾਂ ਕਿ ਐਜੂਕੇਸ਼ਨ ਦੇ ਵਿੱਚ ਅਗਰ ਫਰੀ ਨਾ ਹੋ ਸਕੇ ਤਾਂ ਕੁਛ ਕੰਸੈਕਸ਼ਨ ਤਾਂ ਜ਼ਰੂਰ ਮਿਲੇ, ਕਿਉਂਕਿ ਸਾਡਾ ਇੰਨਾ ਆਏ ਦਾ ਸਾਧਨ ਨਹੀਂ ਹੁੰਦਾ ਕਿੰਨਰਾਂ ਦਾ ਕਿ ਉਹ ਬਹੁਤ ਜ਼ਿਆਦਾ ਪੈਸੇ ਲਾ ਕੇ ਅਤੇ ਹਾਈ ਐਜੂਕੇਸ਼ਨ ਪ੍ਰਾਪਤ ਕਰ ਸਕਣ, ਅਤੇ ਮੰਗ ਖਾ ਨਾਲੇ ਜੇ ਆਪਾਂ ਇੰਨਾ ਨਹੀਂ ਕਰ ਸਕਦੇ, ਲੇਕਿਨ ਤਮੰਨਾ, ਦਿੱਲੀ ਤਮੰਨਾ ਹੁੰਦੀ ਹੈ ਕਿ ਆਪਾਂ ਐਜੂਕੇਸ਼ਨ ਹਾਸਿਲ ਕਰੀਏ, ਲੇਕਿਨ ਬਿਨਾਂ ਪੈਸੇ ਦੇ ਐਜੂਕੇਸ਼ਨ ਵੀ ਹਾਸਿਲ ਨਹੀਂ ਹੋ ਸਕਦੀ। ਸਾਡੇ ਪ੍ਰੋਗਰਾਮ 'ਚ ਦੀਪਕ ਰਾਣਾ ਜੀ ਬੈਠੇ ਹਨ ਜਿਹੜੇ ਕਿ ਸਮਾਜ ਸੇਵੀ ਨੇ, ਉਹਨਾਂ ਦਾ ਵੀ ਇਹ ਮੰਨਣਾ ਹੈ ਕਿ ਸਕਿੱਲ ਡਿਵੈਲਪਮੈਂਟ ਵਾਸਤੇ, ਹੁਨਰ ਦੇ ਵਿਕਾਸ ਵਾਸਤੇ, ਕਿੱਤਾ ਮੁਖੀ ਸਿੱਖਿਆ ਵਾਸਤੇ ਕੁਝ ਨਾ ਕੁਝ ਕਰਨ ਦੀ ਲੋੜ ਹੈ। ਤੁਹਾਡੇ ਵਰਗ ਦੇ ਜਿਹੜੇ ਸਦੱਸ ਨੇ ਜਾਂ ਜਿਹੜੀ ਜਨਸੰਖਿਆ ਹੈ, ਜੇ ਕਿੱਤਾ ਮੁਖੀ ਸਿੱਖਿਆ ਲਈ ਆਪਣਾ ਬਿਜ਼ਨਸ ਸ਼ੁਰੂ ਕਰੇ, ਕੋਈ ਕੰਮ ਕਾਜ ਸ਼ੁਰੂ ਕਰੇ, ਭਾਵੇਂ ਕੋਈ ਤਕਨੀਕੀ ਤੌਰ 'ਤੇ ਹੋਵੇ ਜਾਂ ਕੋਈ ਹੋਰ ਪ੍ਰੋਫੈਸ਼ਨਲ ਸਕਿੱਲ ਦੀ ਡਿਵੈਲਪਮੈਂਟ ਕਰੇ, ਤਾਂ ਕਿੰਨੇ ਕੁ ਸੰਭਾਵਨਾਵਾਂ ਨੇ ਉਹਨਾਂ ਦੀ? ਅਗਰ ਦੇਖੋ ਜੀ, ਹੈ ਕਿ ਅਗਰ ਕੋਈ ਆਪਣਾ ਕੰਮ ਕਰੇ ਤਾਂ ਹਰ ਕੰਮ ਪੈਸੇ ਤੋਂ ਸ਼ੁਰੂ ਹੁੰਦਾ ਹੈ ਜੀ। ਜਦ ਤੱਕ ਪੈਸਾ ਨਹੀਂ ਹੈ, ਜਦ ਤੱਕ ਸਿਕਿਉਰਿਟੀ ਨਹੀਂ ਹੈ, ਤਦ ਤੱਕ ਕੁਛ ਨਹੀਂ ਹੁੰਦਾ। ਬਾਕੀ ਜਦ ਤੱਕ ਸਮਾਜ ਐਕਸੈਪਟ ਨਹੀਂ ਕਰਦਾ ਕੋਈ ਵੀ ਗੱਲ ਨੂੰ, ਉਦੋਂ ਤੱਕ ਕੋਈ ਵੀ ਕਮਿਊਨਿਟੀ, ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਚਾਹੇ ਉਹ ਥਰਡ ਜੈਂਡਰ ਹੈ, ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਮਸਟ ਐਜੂਕੇਸ਼ਨ ਤੇ ਸਮਾਜ ਦਾ ਐਕਸੈਪਟ ਕਰਨਾ ਮਸਟ ਹੈਗਾ ਜੀ। ਦਰਅਸਲ ਅਸੀਂ ਮੰਚ ਤੋਂ ਸਮਾਜ ਨੂੰ ਸੰਦੇਸ਼ ਦੇਣ ਦਾ ਜਿਹੜਾ ਉਪਰਾਲਾ ਉਹ ਅਸੀਂ ਸ਼ੁਰੂ ਕਰਤਾ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡਾ ਮਾਇੰਡ ਸੈੱਟ ਚੇਂਜ ਹੋਏ, ਜੀਵਨ ਬਹੁਤ ਥੋੜ੍ਹਾ ਹੈ, ਰੋਜ਼ ਬੀਤਦਾ ਜਾ ਰਿਹਾ ਬੀਤਦਾ ਜਾ ਰਿਹਾ, ਅਸੀਂ ਕੁਛ ਇੱਦਾਂ ਦਾ ਕਰੀਏ ਕਿ ਸਮਾਜ 'ਚ ਕਿਤੇ ਨਾ ਕਿਤੇ ਰੋਸ਼ਨੀ ਤਾਂ ਪੈਦਾ ਹੋਈ। ਕਹਿੰਦਾ ਹੈ ਕੋਈ ਬਜ਼ਮ ਹੋ, ਕੋਈ ਇਲਮ ਹੋ, ਇਹ ਸ਼ਔਰ ਆਪਣਾ ਕਦੀਮ ਹੈ ਕਿ ਜਹਾਂ ਰੋਸ਼ਨੀ ਕੀ ਕਮੀ ਦਿਖੇ ਚਿਰਾਗ ਇੱਕ ਜਲਾ ਹੀ ਦੋ। ਵੀ ਅਸੀਂ ਕੋਈ ਨਾ ਕੋਈ ਦੀਪਕ ਜਿਹੜਾ ਹੈ, ਕੋਈ ਨਾ ਕੋਈ ਚਿਰਾਗ ਹਨੇਰੇ ਕੋਨੇ 'ਚ ਜ਼ਰੂਰ ਜਗਾਈਏ, ਔਰ ਥਰਡ ਜੈਂਡਰ ਵਾਸਤੇ ਵੀ ਰੋਸ਼ਨੀ ਕਰਨ ਦੀ ਲੋੜ ਹੈ, ਸਮਾਜ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਸੰਦੀਪ ਸ਼ਰਮਾ ਜੀ ਔਰ ਰਾਣਾ ਜੀ, ਬਹੁਤ ਬਹੁਤ ਧੰਨਵਾਦ। ਦਰਸ਼ਕੋ ਬਹੁਤ ਸ਼ੁਕਰੀਆ, ਮੋਹਿਨੀ ਮਹੰਤ ਜੀ ਨਹੀਂ ਆ ਸਕੇ ਲੇਕਿਨ ਉਹਨਾਂ ਦੀ ਆਵਾਜ਼ ਜ਼ਰੂਰ ਸੁਣੀ। ਅਸੀਂ ਉਹਨਾਂ ਦੀਆਂ ਸਮੱਸਿਆਵਾਂ ਨੂੰ, ਦਰਦ ਨੂੰ ਸਮਝਣਾ ਹੈ ਔਰ ਸਮਾਜ ਨੇ ਆਪਣਾ ਮਾਇੰਡ ਸੈੱਟ ਚੇਂਜ ਕਰਨਾ ਹੈ। ਇਜਾਜ਼ਤ ਦਿਓ, ਸ਼ੁਕਰੀਆ।